लो जी आपां फिर संदीप हुणां दा स्वागत कर लीए। संदीप जी प्रोग्राम ची जी आया, स्वागत सत श्री अकाल। बहुत शुक्रिया सुखदेव भाजी और रेडियो रंग परदेसी ते सुन रहे सारे ही श्रोतियां दा जी मेरे वल्लों बहुत ही प्यार सतिकार भरी सत श्री अकाल ते उम्मीद करदे हां सारे ठीक होणगे ते हमेशा दी तरह अज वी इक बहुत ही खूबसूरत कहानी लैके असीं हाजिर हो चुके हां। कहानी दे लेखक ने संतोख सिंह तीर ते उहनां दी लिखत है सांझी कंध। सो अज इह कहानी असीं सांझी करांगे अपने श्रोतियां दे नाल। ਲੋ ਜੀ ਫਿਰ ਸਰੋਤਿਓ ਆਪਣੇ ਵੋਲਿਊਮ ਕਰ ਲਓ ਰੇਡੀਓ ਦੇ ਅੱਪ ਤੇ ਹੋ ਜਾਓ ਫਿਰ ਇੱਕ ਮਨ ਤੇ ਇੱਕ ਚਿੱਤ, ਕਿਉਂਕਿ ਕਹਾਣੀ ਦੀ ਇੱਕ ਇੱਕ ਲਾਈਨ ਦੇ ਉੱਤੇ ਜਾ ਕੇ ਔਰ ਇੱਕ ਇੱਕ ਘਟਨਾ ਦੇ ਉੱਤੇ ਜਾ ਕੇ ਇੱਕ ਇੱਕ ਕਰੈਕਟਰ ਦੇ ਉੱਤੇ ਜਾ ਕੇ ਆਪਾਂ ਫਿਰ ਗੱਲਬਾਤ ਕਰਨੀ ਆ। ਸੋ ਲਓ ਫਿਰ ਕਰਦੇ ਆ ਸ਼ੁਰੂਆਤ ਆਪਾਂ ਕਹਾਣੀ ਦੀ ਜੀ। 8 महीने ਦੀ ਖੱਜਲ ਖੁਆਰੀ ਮਗਰੋਂ ਜਦ ਕਪੂਰ ਸਿੰਘ ਵਿਚਾਰਾ ਮਸੀ ਘਰ ਬਣਾਉਣ ਦੀ ਪੁੱਜਤ ਵਿੱਚ ਹੋਇਆ ਤਾਂ ਰੇੜਕਾ ਸਾਂਝੀ ਕੰਧ ਉੱਤੇ ਪੈ ਗਿਆ। ਇਹ ਕੰਧ ਉਹਦੇ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਸੀ। ਪਿਛਲੇ ਵਰੇ ਦੀਆਂ ਬਾਰਿਸ਼ਾਂ ਵਿੱਚ ਕਪੂਰ ਸਿੰਘ ਦਾ ਘਰ ਢਹਿ ਗਿਆ ਸੀ। ਉਂਝ ਤਾਂ ਕਿੰਨੇ ਹੀ ਘਰ ਢਹਿ ਗਏ ਸਨ ਪਰ ਕਪੂਰ ਸਿੰਘ ਦਾ ਘਰ ਦਾ ਢਹਿਣਾ ਪਿੰਡ ਵਿੱਚ ਸਭ ਤੋਂ ਵੱਡੀ ਦੁਰਘਟਨਾ ਸੀ। ਇੱਕ ਵੀ ਖਣ ਸਾਬਤ ਨਹੀਂ ਸੀ ਰਿਹਾ। ਪੈਸੇ ਵੱਲੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ। ਖਬਰੇ ਕਿਵੇਂ ਅੰਦਰੇ ਅੰਦਰ ਆਪਣੀ ਕਬੀਲਦਾਰੀ ਤੋਰਦਾ ਸੀ। ਪਹਿਲਾਂ ਉਹ ਮਕਾਨ ਵਾਸਤੇ ਕਰਜ਼ੇ ਲਈ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਧੱਕੇ ਖਾਂਦਾ ਰਿਹਾ। ਉੱਥੇ ਵਜ਼ੀਰਾਂ ਦੀਆਂ ਸਿਫਾਰਿਸ਼ਾਂ ਚੱਲਦੀਆਂ ਸਨ। ਹਾਰ ਕੇ ਉਹਨੂੰ 10 ਵੀਘੇ ਭੌਂ ਬਹਿ ਕਰਨੀ ਪਈ। ਕਿੰਨਾ ਕੁ ਚਿਰ ਬਗਾਨੇ ਘਰਾਂ ਵਿੱਚ ਟੱਬਰ ਰਲਦਾ ਰਹੇ। ਇੱਟਾਂ ਸੁਟਾ ਲਈਆਂ, ਸੀਮਿੰਟ ਦਾ ਵੀ ਬੰਦੋਬਸਤ ਬਣ ਗਿਆ, ਪਰ ਜਦ ਤੱਕ ਦਰਬਾਰੀ ਨਾਲ ਗੱਲ ਨਾ ਖੋਲ੍ਹੀ ਜਾਵੇ ਕੰਮ ਕਿਵੇਂ ਸ਼ੁਰੂ ਹੋ ਸਕਦਾ। ਸਾਹਮਣੇ ਗਲੀ ਸੀ, ਕਿਸੇ ਦਾ ਰੌਲਾ ਨਹੀਂ। ਸੱਜੇ ਪਾਸੇ ਦੀ ਕੰਧ ਚਾਚੀ ਰਾਮ ਕੌਰ ਨਾਲ ਸਾਂਝੀ ਸੀ। ਕਪੂਰ ਸਿੰਘ ਦੇ ਨਾਲ ਹੀ ਕੁਝ ਹਿੱਸਾ ਉਸਦੇ ਘਰ ਦਾ ਵੀ ਡਿੱਗ ਪਿਆ ਸੀ, ਜਿਸ ਤੋਂ ਉਹ ਆਪ ਤੰਗ ਸੀ ਤੇ ਉਹਨੂੰ ਆਪ ਕੰਧ ਦੀ ਲੋੜ ਸੀ। ਪਿਛਲੇ ਪਾਸੇ ਚੰਨਣ ਸਿੰਘ ਚੀਨੀਏ ਦੀ ਆਬਾਦੀ ਸੀ। ਕਦੇ ਨਾ ਕਦੇ ਉਹਨੇ ਵੀ 2 ਖਣ ਆਬਾਦੀ ਵਿੱਚ ਛੱਤਣੇ ਸਨ, ਇਸ ਲਈ ਉਹਨੇ ਸ਼ਤੀਰੀ ਧਰਨ ਵੇਲੇ ਅੱਧਾ ਦੇਣਾ ਮੰਨ ਲਿਆ ਸੀ। ਝਗੜਾ ਸੀ ਤਾਂ ਸਾਰਾ ਦਰਬਾਰੇ ਵਾਲੀ ਖੱਬੀ ਬਾਹੀ ਦਾ। ਇਹ ਝਗੜਾ ਥੋੜੀ ਕਿਤੇ ਆ ਮੁੱਕਦਾ ਨਾ ਦਿਸਦਾ। 1-2 ਵਾਰ ਕੰਧ ਕਰਨ ਲਈ ਕਪੂਰ ਸਿੰਘ ਨੇ ਦਰਬਾਰੇ ਨੂੰ ਆਖਿਆ, ਪਰ ਉਹਨੇ ਕੋਈ ਹਾਂ ਹੂੰ ਨਾ ਕੀਤੀ, ਸਗੋਂ ਰੁੱਖਾ ਜਵਾਬ ਦਿੰਦਿਆਂ ਕਿਹਾ, ਜਦ ਕੰਧਾਂ ਦੇ ਸਮੇਂ ਆਉਣਗੇ ਕੰਧਾਂ ਦੇਖੀਆਂ ਜਾਣਗੀਆਂ। ਪਰ ਕਪੂਰ ਸਿੰਘ ਲਈ ਹੁਣ ਹੋਰ ਸਮਾਂ ਕਦੋਂ ਹੋਣਾ ਸੀ ਜਿਹੜਾ ਘਰੋਂ ਬੇਘਰ ਹੋਇਆ ਬੈਠਾ ਸੀ। ਦਰਬਾਰੇ ਵਾਲੀ ਇਹ ਕੰਧ ਵਢਾਰੂਆਂ ਵੇਲੇ ਦੀ ਕੱਚੀ ਤੇ ਥਾਂ ਥਾਂ ਤੋਂ ਗਈ ਹੋਈ ਸੀ। ਕਈ ਥਾਂ 4-4 ਉਂਗਲ ਦੀਆਂ ਭਗਾਂ ਖੁੱਲੀਆਂ ਹੋਈਆਂ ਸਨ। ਉਂਝ ਦੀ ਥੋਬੜ ਜਿਵੇਂ ਰੇਹੀ ਦੀ ਖਾਧੀ ਹੁੰਦੀ ਹੈ। ਆਰ ਪਾਰ ਕਈ ਮੋਰੀਆਂ, ਪਿੱਛੋਂ ਕੋਠੜੀ ਦੇ ਸ਼ਤੀਰ ਦੱਬੇ ਹੋਏ ਤੇ ਛੱਤ ਝੁਕੀ ਹੋਈ ਸੀ। ਲੋੜ ਅਸਲ ਵਿੱਚ ਦਰਬਾਰੇ ਨੂੰ ਵੀ ਕੰਧ ਦੀ ਓਨੀ ਹੀ ਸੀ ਜਿੰਨੀ ਕਪੂਰ ਸਿੰਘ ਨੂੰ। ਨਵੀਂ ਕੰਧ ਮਾੜੀ ਵੀ ਕਿਸ ਨੂੰ ਕਹਿੰਦੀ ਹੈ, ਪਰ ਬਹਾਨੇ ਲਈ ਇੱਕ ਲੇਖੇ ਉਹਨੂੰ ਇਸ ਕੰਧ ਬਿਨਾਂ ਸਰਦਾ ਵੀ ਸੀ। ਉਹਦੇ ਕੋਲ 2 ਘਰ ਸਨ। ਇਸ ਪੁਰਾਣੇ ਕੋਠੇ ਵਿੱਚ ਉਹਦਾ ਕੱਖ ਕੰਡਾ ਤੇ ਡੰਗਰ ਵੱਛਾ ਹੀ ਹੁੰਦਾ ਸੀ। ਆਪ ਉਹ ਇਸ ਤੋਂ ਅਗਲੇ ਘਰ ਵਿੱਚ ਰਹਿੰਦੇ ਸਨ, ਜਿਸ ਦੀ ਹਾਲਤ ਬੜੀ ਚੰਗੀ ਸੀ ਤੇ ਜੋ ਉਹਨਾਂ ਦੇ ਗੁਜ਼ਾਰੇ ਲਈ ਕਾਫੀ ਸੀ। ਪਰ ਕਪੂਰ ਸਿੰਘ ਨੂੰ ਤਾਂ ਕੰਧ ਬਣਾਏ ਬਿਨਾਂ ਕਿਸੇ ਤਰ੍ਹਾਂ ਵੀ ਨਹੀਂ ਸਰਦਾ। ਨਵੇਂ ਘਰ ਉੱਤੇ ਜਿਸਨੇ ਨਵੇਂ ਸਿਰਿਓਂ ਪੈਸਾ ਲਾਉਣਾ ਹੋਵੇ ਉਹ ਹੁਣ ਕੱਚ ਵੀ ਕਿਉਂ ਰੱਖੇ। ਤਿੰਨੇ ਪਾਸਿਆਂ ਦੀਆਂ ਕੰਧਾਂ ਪੱਕੀਆਂ ਨਿਕਲਦੀਆਂ ਸਨ, ਇਸ ਚੌਥੀ ਨੂੰ ਕੱਚੀ ਰੱਖ ਕੇ ਉਹ ਮਕਾਨ ਦੀ ਜੱਖਣਾ ਕਿਵੇਂ ਪੁੱਟ ਲਵੇ। ਕਪੂਰ ਸਿੰਘ ਬੜਾ ਤੰਗ ਪਿਆ। ਸ਼ਰੀਕ ਕਹਿੰਦੇ ਹੁੰਦੇ ਨੇ ਮਿੱਟੀ ਦਾ ਵੀ ਬੁਰਾ ਉਹਨੂੰ ਰਹਿ ਰਹਿ ਕੇ ਦਰਬਾਰੇ ਉੱਤੇ ਗੁੱਸਾ ਆਉਂਦਾ, ਪਰ ਗੁੱਸੇ ਨਾਲ ਉਹ ਜਾਣਦਾ ਸੀ ਉਹਦਾ ਕੰਮ ਸਰਨਾ ਨਹੀਂ। ਚਾਚੀ ਰਾਮ ਕੌਰ, ਚੰਨਣ ਸਿੰਘ ਚੀਨੀਆ ਤੇ ਹੋਰ ਕਈਆਂ ਨੂੰ ਉਹਨੇ ਆਖਿਆ ਕਿ ਉਹੀ ਦਰਬਾਰੇ ਨੂੰ ਜਾ ਕੇ ਸਮਝਾਉਣ, ਪਰ ਦਰਬਾਰਾ ਸੀ ਕਿ ਰੱਸੀ ਦਾ ਸੱਪ ਬਣਿਆ ਬੈਠਾ ਸੀ। ਗਲੀ ਗੁਆਂਢ, ਮਿੱਤਰ ਪਿਆਰਾ ਜਦ ਕਿਸੇ ਨੂੰ ਵੀ ਆਈ ਗਈ ਨਾ ਦਿੱਤੀ ਤਾਂ ਉਹਨੇ ਸੋਚਿਆ ਇੱਕ ਵਾਰ ਫਿਰ ਉਹ ਜਾ ਕੇ ਆਪ ਦਰਬਾਰੇ ਨੂੰ ਸਮਝਾਵੇ, ਖਬਰੇ ਕੋਈ ਗੱਲ ਉਹਦੀ ਅਕਲ ਵਿੱਚ ਹੀ ਆ ਜਾਵੇ। ਅਗਲੀ ਸਵੇਰ ਉਹਨੇ ਦਰਬਾਰੇ ਦੇ ਬੂਹੇ ਅੱਗੇ ਥੋੜਾ ਹੋ ਕੇ ਆਵਾਜ਼ ਮਾਰੀ। ਅੰਦਰੋਂ ਕੁੜੀ ਨੇ ਦੱਸਿਆ ਕਿ ਉਹ ਹੁਣ ਪਟਵਾਰੀ ਵੱਲ ਨੂੰ ਗਿਆ ਹੈ। ਕਪੂਰ ਸਿੰਘ ਮਗਰੇ ਤੁਰ ਪਿਆ। ਉੱਥੇ ਹੀ 2 ਆਦਮੀਆਂ ਸਾਹਮਣੇ ਗੱਲ ਕਰਨੀ ਯੋਗ ਸਮਝੀ। ਜਾਂਦੇ ਅੱਗੇ ਰਾਮ ਰਤਨ ਪਟਵਾਰੀ, ਧੰਮਾ ਸਿੰਘ ਸਰਪੰਚ, ਟੂੰਡਾ ਲੰਬੜਦਾਰ ਤੇ 1-2 ਆਦਮੀ ਹੋਰ ਮੰਜਿਆਂ ਉੱਤੇ ਬੈਠੇ ਸਨ। ਦਰਬਾਰਾ ਪਟਵਾਰੀ ਦੀ ਪੈਂਦ ਬੈਠਾ ਜਿਵੇਂ ਕੁਝ ਲਿਖਵਾ ਰਿਹਾ ਸੀ।
ਕਪੂਰ ਸਿੰਘ ਸਾਰਿਆਂ ਨੂੰ ਹੀ ਸਾਂਝੇ ਮੰਨ ਕੇ ਦਰਬਾਰੇ ਨੂੰ ਧੀਰਜ ਨਾਲ ਆਖਿਆ, ਭਾਈ ਦਰਬਾਰਾ ਸਿਆ, ਕੰਧ ਦਾ ਫਿਰ ਹੁਣ ਕੀਕਣ ਕਰਨਾ ਹੈ? ਕਿਹੜੀ ਕੰਧ? ਦਰਬਾਰੇ ਨੇ ਪੈਰਾਂ ਉੱਤੇ ਪਾਣੀ ਹੀ ਨਾ ਪੈਣ ਦਿੱਤਾ। ਤੂੰ ਭੁੱਲਿਆ ਹੋਇਆ? ਕਪੂਰ ਸਿੰਘ ਬੋਲਿਆ, ਆਪਣੀ ਸਾਂਝੀ, ਮੈਨੂੰ ਨੀ ਲੋੜ ਕੰਧ ਕਰਨ ਦੀ। ਓਪਰਿਆਂ ਵਾਂਗ ਦਰਬਾਰੇ ਨੇ ਉਹਦੇ ਵੱਲੋਂ ਮੂੰਹ ਫੇਰ ਕੇ ਹਵਾ ਵਿੱਚ ਖਾਲੀ ਝਾਕਦਿਆਂ ਕਿਹਾ, ਜੇ ਤੈਨੂੰ ਲੋੜ ਨਹੀਂ ਤਾਂ ਮੈਨੂੰ ਤਾਂ ਹੈ। ਕਪੂਰ ਸਿੰਘ ਨਿਮਾਣਾ ਹੋ ਕੇ ਬੋਲਿਆ, ਪਰ ਇਹ ਗੱਲ ਦਰਬਾਰੇ ਦੇ ਨੇੜਿਓ ਵੀ ਨਾ ਗਈ। ਉਹਨੇ ਹੋਰ ਵੀ ਰੁੱਖੀ ਤਰ੍ਹਾਂ ਕਿਹਾ, ਤੈਨੂੰ ਲੋੜ ਹੈ ਤੂੰ ਕਰ ਲੈ, ਮੈਂ ਕਿਵੇਂ ਕਰ ਸਕਦਾ ਭਲਾ? ਐਡੀ ਬੜੀ ਕੰਧ, ਕੱਲਾ 40 ਫੁੱਟ ਲੰਬੀ, 14 ਫੁੱਟ ਉੱਚੀ, 1.5 ਇੰਚ ਚੌੜੀ, ਫਿਰ ਮੇਰੇ ਸਿਰ ਆਸਾਨ ਹੈ? ਆਸਾਨ ਤਾਂ ਨਹੀਂ, ਮੇਰਾ ਕੰਮ ਤਾਂ ਅਟਕਿਆ ਖੜਾ, ਮੈਨੂੰ ਜ਼ਿੰਮੇਵਾਰੀ ਹੈ ਤੇਰੇ ਕੰਮ ਦੀ, ਅਟਕਿਆ ਰਹੇ। ਦਰਬਾਰਾ ਸਿਰ ਨੂੰ ਆਇਆ, ਕੋਲੋਂ ਪਟਵਾਰੀ ਨੇ ਹੌਲੀ ਜਿਹੀ ਆਖਿਆ, ਕਾਹਨੂੰ ਬਖੌਚੌੜ ਹੁੰਦੇ ਹੋ, ਮੁਕਾ ਲਓ ਰਲ ਕੇ। ਪਰ ਸਰਪੰਚ ਨੇ ਮਲਵੀ ਜੀਭ ਨਾਲ ਚੱਬ ਕੇ ਟੋਕਿਆ, ਆਪਾਂ ਨੇ ਕਾਹਨੂੰ ਆਉਣਾ ਵਿੱਚ ਪਟਵਾਰੀ ਜੀ, ਭਾਈ ਭਾਈ ਨੇ, ਆਪੇ ਸਮਝਣਗੇ। ਕਪੂਰ ਸਿੰਘ ਸਰਪੰਚ ਦਾ ਰੁੱਖ ਤਾੜ ਗਿਆ। ਅੱਗੇ ਵੀ ਉਹ ਕਈ ਵਰਿਆਂ ਤੋਂ ਉਹਦੇ ਨਾਲ ਲੱਗਦਾ ਆਉਂਦਾ ਸੀ। ਦਰਬਾਰੇ ਕਪਲ ਨੂੰ ਇਹਨਾਂ ਗੱਲਾਂ ਦਾ ਕੀ ਸ਼ਰਮ? ਹੁਣ ਜੇ ਕਪੂਰ ਸਿੰਘ ਦਾ ਭਾਈ ਹੀ ਸਰਪੰਚ ਨੂੰ ਉਹਦੇ ਖਿਲਾਫ਼ ਵਰਤਣ ਲਈ ਮਿਲੇ ਤਾਂ ਹੋਰ ਉਹਨੂੰ ਕੀ ਚਾਹੀਦਾ ਸੀ? ਉਹਨੇ ਹੋਰ ਨਰਮ ਹੋ ਕੇ ਦਰਬਾਰੇ ਨੂੰ ਸਮਝਾਉਣਾ ਚਾਹਿਆ, ਦਰਬਾਰਾ ਸਿਆ, ਮੈਂ ਤੈਨੂੰ ਮਿੰਨਤ ਨਾਲ ਕਹਿਣਾ, ਆਪਾਂ ਕਬੀਲਦਾਰ ਹਾਂ, ਲੜਦੇ ਚੰਗੇ ਨਹੀਂ ਲੱਗਦੇ, ਆ ਰਲ ਕੇ ਕੰਧ ਬਣਾਈਏ। ਤੂੰ ਹਾਂ ਕਰ, ਜਿੱਕਣ ਕਹੇਗਾ ਮੈਂ ਉੱਕਣੇ ਹੀ ਮੰਨ ਲੂੰਗਾ, ਕੰਧ ਹੈ ਮਾੜੀ, ਦੋਹਾਂ ਨੂੰ ਇਹ ਸੁੱਖ ਹੈ, ਮਾੜੀ ਮੋਟੀ ਕੰਧੋੜੀ ਹੁੰਦੀ ਆ, ਮੈਂ ਤੈਨੂੰ ਕਹਿੰਦਾ ਵੀ ਨਾ, ਸਾਰਾ ਭਾਰ ਚੁੱਕਣਾ ਮੈਨੂੰ ਵੀ ਔਖਾ ਹੈ, ਤੂੰ ਮੈਨੂੰ ਬਹੁਤਾ ਚੁਕਾ ਦੇ, ਆਪ ਥੋੜਾ ਚੁੱਕ ਲਈ। ਕਪੂਰ ਸਿੰਘ ਦੀ ਨਰਮਾਈ ਨੇ ਦਰਬਾਰੇ ਦੀ ਅੜਵਾਈ ਕੁਛ ਢਿੱਲੀ ਕਰ ਦਿੱਤੀ, ਘੁੱਟੀਆਂ ਉਹਦੇ ਮੱਥੇ ਵਿੱਚੋਂ ਮਿਟਣ ਲੱਗੀਆਂ। ਪਲ ਦੀ ਪਲ ਹਾਂ ਕਰ ਦੇਣ ਲਈ ਉਹਦਾ ਜੀ ਵੀ ਕੀਤਾ, ਪਰ ਉਦੋਂ ਹੀ ਹੌਲੀ ਜਿਹੀ ਸਰਪੰਚ ਘੁੰਘਾਰਿਆ, ਇੰਨੀ ਹੌਲੀ ਤੇ ਇੰਨਾ ਬੇਮਲੂਮ ਜਿਸ ਵਿਚਲੀ ਰਮਜ ਨੂੰ ਦਰਬਾਰਾ ਹੀ ਬੁੱਝ ਸਕੇ। ਦਰਬਾਰੇ ਨੂੰ ਫੇਰ ਵੱਟ ਚੜ ਗਿਆ ਤੇ ਉਹਦੇ ਪੱਧਰ ਹੁੰਦੇ ਮੱਥੇ ਵਿੱਚ ਘੁੱਟੀਆਂ ਫੇਰ ਸੰਘਣੀਆਂ ਹੋ ਗਈਆਂ। ਉਹ ਮੈਂ ਸ਼ਦਾਈ ਹਾਂ ਜਿਹੜਾ ਮੱਲੋ ਮੱਲੀ ਕਿਸੇ ਦਾ ਭਾਰ ਚੱਕਦਾ ਫਿਰਾਂ, ਪਰ ਤੈਨੂੰ ਇਨਕਾਰ ਕਿਹੜੀ ਗੱਲੋਂ ਹੈ? ਕਪੂਰ ਸਿੰਘ ਫਿਰ ਵੀ ਭਾਈਬੰਦੀ ਵਰਤੀ, ਕੀ ਕਰੇ ਉਹਨੂੰ ਲੋੜ ਜੋ ਸੀ, ਮੇਰੇ ਚ ਨਹੀਂ ਜਾਨ ਪੈਸਾ ਖਰਚਣ ਦੀ, ਮੈਂ ਫਾਹੇ ਚੜਾਂ? ਦਰਬਾਰਾ ਉਸੇ ਤਰ੍ਹਾਂ ਹਵਾ ਨੂੰ ਘੂਰਦਾ ਸੀ, ਖਰਚ ਹਾਲੇ ਮੈਂ ਕਰ ਦਿੰਦਾ, ਤੂੰ ਫੇਰ ਦੇ ਦੇਈ, ਜਦ ਹੋਣਗੇ ਉਦੋਂ ਦੇ ਦੇਈ, ਮੈਂ ਐਵੇਂ ਤੇਰੀ ਜੁੱਤੀ ਹੇਠਾਂ ਵਾਂ। ਦਰਬਾਰਾ ਕਿਸੇ ਰਾਹ ਵੀ ਨਹੀਂ ਸੀ ਤੁਰਨ ਦਿੰਦਾ, ਭਾਈ ਜੇ ਮਿੱਤਰ ਹੋਵੇ ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀਂ, ਜੇ ਭਾਈ ਦੁਸ਼ਮਣ ਬਣ ਜਾਵੇ ਤਾਂ ਉਹਦੇ ਵਰਗਾ ਕੋਈ ਦੁਸ਼ਮਣ ਨਹੀਂ। ਟੁੰਡੇ ਲੰਬੜਦਾਰ ਨੇ ਗੱਲ ਮੁਕਾਉਣੀ ਚਾਹੀ, ਲੈਣਾ ਦੇਣਾ ਬਣਿਆ ਹੋਇਆ ਹੀ ਹੈ, ਕੋਈ ਡਰ ਨਹੀਂ ਅੱਗੜ ਪਿੱਛੜ ਦਾ ਵੀ। ਕਪੂਰ ਸਿੰਘ ਦੀ ਹਾਲਤ ਉੱਤੇ ਉਹਨੂੰ ਤਰਸ ਆ ਰਿਹਾ ਸੀ, ਤੈਨੂੰ ਨੀ ਪਤਾ ਚਾਚਾ, ਦਰਬਾਰੀ ਨੇ ਝੱਟ ਤਾੜ ਦਿੱਤਾ, ਉਹ ਚੁੱਪ ਕਰ ਗਿਆ, ਕਿਹੜਾ ਲੱਕੜ ਤੋਂ ਆਪਣੀ ਹੇਠੀ ਕਰਾਏ। ਕਪੂਰ ਸਿੰਘ ਦੁਖੀ ਹੋ ਗਿਆ, ਕੀ ਕਰੇ ਕੀ ਨਾ ਕਰੇ, ਇਹ ਬੇਈਮਾਨੀ ਕਿਸੇ ਪਾਸੇ ਦੀ ਨਹੀਂ ਮੰਨਦਾ, ਪੱਲਿਓਂ 400 ਰੁਪਇਆ ਲਾ ਕੇ ਉਹਨੂੰ ਮੁਫ਼ਤ ਵਿੱਚ ਕੰਧ ਬਣਾ ਕੇ ਦੇ ਦਿਓ ਤਾਂ ਲੋੜ ਹੈ, ਜੇ ਅੱਧ ਮੰਗੂ ਤਾਂ ਲੋੜ ਨਹੀਂ। ਉਹ ਜਾਣਦਾ ਕੰਧ ਤਾਂ ਇਹਨੂੰ ਆਪਣੀ ਲੋੜ ਨੂੰ ਬਣਾਉਣੀ ਪੈਣੀ ਹੈ, ਉਹ ਕਿਉਂ ਖਮ ਖਾਂ ਹਮੀ ਭਰੇ, ਸ਼ਤੀਰ ਉਹਦੇ ਕੋਈ ਲਾ ਹੀ ਨਹੀਂ ਸਕਦਾ। ਦਰਬਾਰਾ ਸਿਆਂ, ਕਪੂਰ ਸਿੰਘ ਥਿਰ ਥਿਰ ਕਰਨ ਲੱਗਾ, ਮੇਰੇ ਹਾਲ ਕੰਨੀ ਦੇਖ, ਕਿੰਨਾ ਚਿਰ ਹੋ ਗਿਆ ਮੈਨੂੰ ਰੁਲਦੇ ਨੂੰ, ਹੁਣ ਤੂੰ ਐਵੇਂ ਅੜਿੱਕਾ ਨਾ ਡਾ, ਜਿੱਕਣ ਕਹੇਗਾ ਉੱਕਣੇ ਕਰ ਲਾਂਗੇ, ਨਿੱਕਾ ਜਿਹਾ ਖੰਗੂਰਾ ਫਿਰ ਸੁਣਿਆ। ਦਰਬਾਰੇ ਵਿੱਚ ਜਿਵੇਂ ਉੱਪਰੀ ਹਵਾ ਆ ਗਈ ਹੋਵੇ, ਬਿਨਾਂ ਅੱਖ ਮਿਲਾਏ ਉਹਨੇ ਕੋਰਾ ਹੋ ਕੇ ਆਖਿਆ, ਮੇਰਾ ਹਾਲ ਕਿਹੜਾ ਚੰਗਾ ਹੈ, ਮੈਂ ਤੇਰੇ ਹਾਲ ਕੰਨੀ ਦੇਖਾਂ। ਪਟਵਾਰੀ, ਸਰਪੰਚ, ਲੰਬੜਦਾਰ ਤੇ ਹੋਰ ਸਾਰੇ ਚੁੱਪ ਕਰਕੇ ਸੁਣਦੇ ਰਹੇ। ਕਪੂਰ ਸਿੰਘ ਨੇ ਹੋਰ ਮੁੱਚ ਕੇ ਹੋਰ ਸਮਾਈ ਨਾਲ ਆਖਿਆ, 1.5 ਇੰਚ ਦਾ ਨਾ ਸਹੀ, 1 ਇੰਚ ਦੀ ਕਰ ਲੈ, 1 ਇੰਚ ਨੀ ਕਰਨੀ ਕੱਚੀ ਕਰ ਲੈ, ਕੱਚੀ ਨਾ ਪੱਕੀ, ਚੱਲ ਤੂੰ ਇੱਟਾਂ ਦਾ ਹੀ ਅੱਧ ਦੇ ਦੇ, ਮਨਜ਼ੂਰੀ ਨਾ ਸਹੀ। ਪਰ ਦਰਬਾਰਾ ਤਾਂ ਇੱਕੋ ਆਟੇ ਦਾ ਸ਼ੀ ਸੀ, ਹੋਰ ਵਿਗੜ ਕੇ ਬੋਲਿਆ, ਜਦ ਮੈਂ ਕਿਹੜਾ ਕਹਿ ਦਿੱਤਾ ਮੈਨੂੰ ਨੀ ਲੋੜ, ਮੈਂ ਨੀ ਕਰਨੀ, ਮੈਂ ਮੈਨੂੰ ਨਾ ਕਹੀ। ਉਹਨੇ ਫਿਰ ਵੀ ਠਰਾਮੇ ਨਾਲ ਦਰਬਾਰੇ ਨੂੰ ਆਖਿਆ, ਪਰ ਤੇਰੀ ਰਜ਼ਾਮੰਦੀ ਬਿਨਾਂ ਮੈਂ ਕੰਧ ਨੂੰ ਛੇੜਾਂ ਵੀ ਕਿਵੇਂ, ਤੂੰ ਕੋਲ ਤਾਂ ਖੜ, ਕੰਧ ਬਣੂਗੀ ਤਾਂ ਢਹਿ ਕੇ ਹੀ, ਮੈਂ ਤਾਂ ਸਰਦਾਰ ਜੀ ਅੱਗ ਨੂੰ ਅੱਗ ਨੀ ਲਾਉਣ ਜਾਂਦਾ ਕੰਧ ਨੂੰ, ਤੂੰ ਕਹਿਣਾ ਕੋਲ ਖੜ, ਮੈਨੂੰ ਚੱਟੀ ਪਈ ਹੈ? ਨਾ ਬਈ, ਵਿੱਚੋਂ ਹੀ ਕਿਸੇ ਨੇ ਦਰਬਾਰੇ ਦੀ ਗੱਲ ਤੋਂ ਆਖਿਆ। ਹੁਣ ਤਾਂ ਕਪੂਰ ਸਿੰਘ ਨੂੰ ਵੀ ਅੱਗ ਲੱਗ ਗਈ, ਇਹਨੂੰ ਕਹਿੰਦੇ ਨੇ ਸ਼ਰੀਕ। ਉਹਨੇ ਦਿਲ ਵਿੱਚ ਆਖਿਆ, ਬੰਦਾ ਕਿੱਥੋਂ ਕੁ ਤੱਕ ਸਬਰ ਕਰਦਾ ਰਹੇ,
ਤਾਂ ਹੀ ਉਹ ਤੱਤ ਨੂੰ ਮਾਰ ਕੇ ਪਰ ਥੋੜਾ ਤੇਜ਼ ਹੋ ਕੇ ਬੋਲਿਆ, ਜੇ ਮੈਂ ਬਣਾ ਲਾਂ ਤਾਂ ਤੂੰ ਸ਼ਤੀਰ ਤਾਂ ਨਹੀਂ ਧਰੇਂਗਾ ਮੇਰੀ ਕੰਧ ਉੱਤੇ? ਸ਼ਤੀਰ ਧਰਨੋਂ ਮੈਨੂੰ ਕਿਹੜਾ ਹਟਾ ਸਕਦਾ, ਮੈਂ ਮਾਲਕ ਹਾਂ ਕੰਧ ਦਾ। ਦਰਬਾਰੇ ਨੇ ਹਿੱਕ ਥਾਪੜੀ, ਤੇਰੀ ਇਕੱਲੇ ਦੀ ਹੈ ਕੰਧ, ਮੇਰੀ ਨਹੀਂ, ਤੂੰ ਬਹੁਤਾ ਮਾਲਕ ਹੈ, ਜੇ ਭਖੇ ਨਾ ਕਪੂਰ ਸਿੰਘ ਤਾਂ ਕੀ ਕਰੇ? ਦਰਬਾਰੇ ਨੇ ਉਲਟੀ ਤਾੜੀ ਮਾਰੀ, ਮੈਂ ਤਾਂ ਸਰਦਾਰ ਜੀ ਤੇਰੇ ਉੱਤੇ ਅਰਜੀ ਦੇਣੀ ਹੈ, ਤੂੰ ਭਾਲਦਾ ਅੱਧ, ਤੇਰਾ ਕੋਠਾ ਢਹਿਣ ਨਾਲ ਕੰਧ ਹੋ ਗਈ ਨੰਗੀ, ਜੇ ਮੀਹਾਂ ਵਿੱਚ ਨੰਗੀ ਕੰਧ ਮੇਰਾ ਕੋਠਾ ਲੈ ਕੇ ਬਹਿ ਗਈ ਤਾਂ ਕੌਣ ਹੋਇਆ ਜ਼ਿੰਮੇਵਾਰ? ਹੁਣ ਤਾਂ ਕਪੂਰ ਸਿੰਘ ਹੋਰ ਵੀ ਭੜਕ ਪਿਆ, ਤੂੰ ਲਾ ਲਈ ਜਿਹੜਾ ਜ਼ੋਰ ਲਾਉਣਾ, ਮੈਂ ਜਾਣਦਾ ਜਿਹੜਾ ਵਕੀਲ ਤੇਰੇ ਅੰਦਰ ਬੋਲਦਾ, ਅਰਜੀ ਦਊਂ ਇਹ ਨਗੌਰਾ ਮੇਰੇ ਉੱਤੇ, ਹੁਣ ਗਿਣ ਕੇ ਲਈ ਤੂੰ ਹਰਜਾਨਾ ਮੇਰੇ ਕੋਲੋਂ ਹਵੇਲੀ ਦਾ, ਚੱਲ ਮੈਂ ਢੋਨਾ ਕੰਧ, ਆ ਹਟਾ ਤੂੰ ਮੈਨੂੰ। ਦਰਬਾਰਾ ਭਾਵੇਂ ਕਪੂਰ ਸਿੰਘ ਤੋਂ ਕੁਝ ਛੋਟਾ ਸੀ ਤੇ ਸਰੀਰ ਦਾ ਵਿਲੇ ਸਾ ਤੇ ਅੱਗੇ ਕਦੇ ਉਹਦੇ ਸਾਹਮਣੇ ਉਹ ਬੋਲਿਆ ਵੀ ਨਹੀਂ ਸੀ, ਪਰ ਚੁੱਕ ਬੁਰੀ ਹੁੰਦੀ ਹੈ। ਦਰਬਾਰਾ ਉੱਠ ਕੇ ਖੜਾ ਹੋ ਗਿਆ ਤੇ ਬਾਹਾਂ ਚਾੜਦਾ ਗੜਕੇ ਨਾਲ ਬੋਲਿਆ, ਤੂੰ ਹੱਥ ਤਾਂ ਲਾ ਕੇ ਜਾ ਕੰਧ ਨੂੰ। ਨੇੜੇ ਹੀ ਸੀ, ਦੋਵੇਂ ਉਲਝ ਪੈਂਦੇ ਕਿ ਟੁੰਡੇ ਲੰਬੜਦਾਰ ਨੇ ਝੱਟ ਉੱਠ ਕੇ ਦਰਬਾਰੇ ਨੂੰ ਡੱਕ ਦਿੱਤਾ ਤੇ ਕਪੂਰ ਸਿੰਘ ਨੂੰ ਚਲੇ ਜਾਣ ਦੀ ਸਹਿਮਤ ਦਿੱਤੀ। ਕਪੂਰ ਸਿੰਘ ਉੱਥੋਂ ਤੁਰ ਪਿਆ, ਮਖਾ ਚੱਲ ਤਾਂ ਸਹੀ ਮੈਂ ਢੋਨਾ, ਤੂੰ ਹਟਾਈ ਦੇਖੀ, ਨਾਲੇ ਹੁਣ ਕੰਧ ਬਣਦੀ ਕਿਵੇਂ ਆ, ਨਾਲੇ ਨਾ ਦਈ ਹਾਂ ਭਲਾ ਤੂੰ ਅੱਧ। ਪਟਵਾਰਖਾਨੇ ਦਾ ਬੂਹਾ ਲੰਘਦਿਆਂ ਉਹ ਕਹਿ ਰਿਹਾ ਸੀ। ਸਾਰਾ ਪਿੰਡ ਦਰਬਾਰੇ ਨੂੰ ਕੋਸਣ ਲੱਗਾ, ਬਹੁਤ ਮਾੜੀ ਗੱਲ ਹੈ ਦਰਬਾਰੇ ਖਾਤਰ, ਕਿਸੇ ਲੋੜ ਤਾਂ ਬੰਦੇ ਨੂੰ ਮੰਨਣਾ ਚਾਹੀਦਾ। ਕਪੂਰ ਸਿੰਘ ਦੁਚਿੱਤੀ ਵਿੱਚ ਪੈ ਗਿਆ, ਘਰ ਬਣਾਵੇ ਜਾਂ ਨਾ ਬਣਾਵੇ, ਇਦੋਂ ਚੰਗਾ ਤਾਂ ਪਿੰਡੋਂ ਬਾਹਰ ਜਾ ਵਸਣਾ ਸੀ। ਅਖੀਰ ਉਹਨੇ ਫੈਸਲਾ ਕੀਤਾ ਉਹ ਕੰਮ ਸ਼ੁਰੂ ਕਰੇ, ਜਦ ਕੰਧ ਉੱਤੇ ਕੰਮ ਗਿਆ ਤਾਂ ਆਪੇ ਕੋਈ ਨਾ ਕੋਈ ਰਾਹ ਨਿਕਲ ਆਵੇਗਾ। ਜੇਠ ਹਾੜ੍ਹ ਦੇ ਖੁੱਲੇ ਦਿਨ ਲੰਘਦੇ ਜਾਂਦੇ ਸਨ, ਜੇ ਇਸ ਤਰ੍ਹਾਂ ਕਰਦਿਆਂ ਸਿਆਲ ਆ ਗਿਆ ਤਾਂ ਕੰਮ ਰਾਜਾਂ ਤੋਂ ਉਂਝ ਨਹੀਂ ਮੁੱਕਿਆ ਕਰਨਾ, ਤੇ ਨਾਲੇ ਹੁਣ ਤਾਂ ਖੁੰਝਿਆ ਖਬਰੇ ਕਦ ਉੱਤੇ ਜਾ ਪਵੇ। ਕੰਮ ਸ਼ੁਰੂ ਹੋ ਗਿਆ, ਚਾਚੀ ਰਾਮ ਕੌਰ ਵਾਲੀ ਕੰਧ ਢਾ ਕੇ ਮਜ਼ਦੂਰ ਨੀਹਾਂ ਕੱਢਣ ਲੱਗੇ। ਤਿੰਨਾਂ ਦਿਨਾਂ ਵਿੱਚ ਕੰਧ ਸਿਰੇ ਜਾ ਲੱਗੀ, ਦਲਾਨ ਵਰਾਂਡਾ ਰਸੋਈ ਤੇ ਹੋਰ ਸਾਰੀਆਂ ਨੀਹਾਂ ਭਰੀਆਂ ਗਈਆਂ, ਬੈਠਕ ਦੀਆਂ ਕੰਧਾਂ ਉੱਠਣ ਲੱਗੀਆਂ, ਬੂਹਿਆਂ ਤੇ ਬਾਰੀਆਂ ਦੀਆਂ ਚੁਗਾਠਾਂ ਖੜੀਆਂ ਹੋ ਗਈਆਂ। ਦਸਾਂ ਦਿਨਾਂ ਵਿੱਚ ਥਾਂ ਦਾ ਹੁਲੀਆ ਬਦਲ ਗਿਆ ਤੇ ਮੁਕਾਬਲੇ ਦੀ ਚਾਚੀ ਰਾਮ ਕੌਰ ਵਾਲੀ ਪੱਕੀ ਕੰਧ ਸਾਹਮਣੇ ਦਰਬਾਰੇ ਦੀ ਕੱਚੀ ਹੁਣ ਹੋਰ ਬੁਰੀ ਦਿਸਣ ਲੱਗੀ। ਆਉਂਦਾ ਜਾਂਦਾ ਹਰ ਕੋਈ ਆਖੇ ਹੁਣ ਇਹ ਵੀ ਦਲਿੱਦਰ ਕੱਢ ਕੇ ਛੱਡਿਓ, ਪਰ ਦਰਬਾਰੇ ਨੇ ਅਜੇ ਵੀ ਇੱਕੋ ਨੰਨਾ ਫੜਿਆ ਹੋਇਆ ਸੀ। ਬੈਠਕ ਦੀਆਂ ਬਾਰੀਆਂ ਤੇ ਬੂਹਿਆਂ ਉੱਤੇ ਲਿੰਟਲ ਲੱਗ ਗਏ, ਡਿਉੜੀ ਦੀ ਚੁਗਾਠ ਵੀ ਧਰੀ ਗਈ। ਬੈਠਕ ਚਾਚੀ ਰਾਮ ਕੌਰ ਦੀ ਕੰਧ ਨਾਲ ਸੀ ਤੇ ਲੰਘਣ ਦੇ ਲਈ ਡਿਉੜੀ ਦਰਬਾਰੇ ਵੱਲ। ਡਿਉੜੀ ਦੀ ਛੱਤ ਨੀਵੀਂ ਰੱਖ ਕੇ 8 ਫੁੱਟ ਉੱਤੇ ਲਿੰਟਲ ਪਾਉਣਾ ਸੀ ਕਿਉਂਕਿ ਉੱਤੇ ਮਿਆਨੀ ਰੱਖਣੀ ਸੀ। ਡਿਉੜੀ ਦੀ ਲਿੰਟਲ ਲਾਉਣ ਨਾਲ ਹੁਣ ਦਰਬਾਰੇ ਵਾਲੀ ਕੰਧ ਦਾ ਫੈਸਲਾ ਹੋਣਾ ਜ਼ਰੂਰੀ ਸੀ, ਇੱਕ ਦਿਨ ਵੀ ਹੋਰ ਕਿਸੇ ਪਾਸੇ ਹੱਥ ਨਹੀਂ ਸੀ ਚੱਲ ਸਕਦਾ। ਜਦ ਕੋਈ ਵਾਹ ਨਾ ਚੱਲੀ ਤਾਂ ਕਪੂਰ ਸਿੰਘ ਦਰਵਾਜ਼ੇ ਇਕੱਠ ਕੀਤਾ, ਸਾਰਾ ਪਿੰਡ ਚੌਂਤਰੇ ਉੱਤੇ ਜੁੜ ਗਿਆ। ਪੰਚਾਇਤ ਨੇ ਦਰਬਾਰੇ ਨੂੰ ਸੱਥ ਵਿੱਚ ਬੁਲਾਇਆ ਤੇ ਕੰਧ ਕਰਨ ਲਈ ਆਖਿਆ। ਪਹਿਲਾਂ ਉਹਨੇ ਬੜੇ ਪੈਰ ਅੜਾਏ, ਮੈਂ ਕੁੜੀ ਦਾ ਵਿਆਹ ਕਰਨਾ, ਮੈਨੂੰ ਲੋੜ ਨਹੀਂ, ਮੇਰੀ ਪੁੱਜਤ ਨਹੀਂ। ਅਖੀਰ ਪੰਚਾਇਤ ਨੇ ਸਮਝਾ ਧਮਕਾ ਕੇ ਮਨਾ ਹੀ ਲਿਆ, ਪਿੰਡ ਦੀ ਸਾਂਝੀ ਰਾਏ ਸਾਹਮਣੇ ਉਹਨੂੰ ਝੁਕਣਾ ਪੈ ਗਿਆ ਸੀ, ਮਜ਼ਦੂਰੀ ਉਹਨੂੰ ਛੱਡੀ ਗਈ। ਇੱਟਾਂ ਤੇ ਹੋਰ ਸਮਾਨ ਦਾ ਅੱਧ ਦੇਣਾ ਕੀਤਾ ਉਹਨੂੰ ਕਿਉਂਕਿ ਕੰਧ ਦੀ ਹਾਲੇ ਇੰਨੀ ਲੋੜ ਨਹੀਂ ਸੀ, ਇਸ ਲਈ ਰਿਆਇਤ ਵਜੋਂ ਰਕਮ 2 ਲੰਮੀਆਂ ਕਿਸ਼ਤਾਂ ਵਿੱਚ ਵੰਡ ਦਿੱਤੀ, ਆਉਂਦੀ ਲੋਹੜੀ ਛੱਡ ਕੇ ਪਹਿਲੀ ਕਿਸ਼ਤ ਮਾਣੀ ਨੂੰ ਤੇ ਦੂਜੀ ਅਗਲੀ ਲੋਹੜੀ ਨੂੰ, ਕਾਗਜ਼ ਬਣ ਗਿਆ। ਭਾਵੇਂ ਮਜ਼ਦੂਰੀ ਸਾਰੇ ਕਪੂਰ ਸਿੰਘ ਦੇ ਹੀ ਸਿਰ ਪੈ ਗਈ ਸੀ ਜੋ 80-82 ਤੱਕ ਬਣਦੀ ਸੀ, ਤਾਂ ਵੀ ਉਹ ਖੁਸ਼ ਸੀ, ਕੰਮ ਤੁਰਦਾ ਹੋ ਗਿਆ। ਉਹਦੇ ਸਿਰ 40 ਹੀ ਵੱਧ ਪਏ, ਕੋਈ ਗੱਲ ਨੀ, ਇੰਨਾ ਕੁਛ ਤਾਂ ਉਹ ਆਪ ਵੀ ਜਾ ਕੇ ਦਰਬਾਰੇ ਨੂੰ ਕਹਿੰਦੇ ਹੀ ਸੀ। ਅਗਲੇ ਦਿਨ ਪੰਚਾਇਤ ਦੇ 4 ਆਦਮੀ ਆਏ ਤੇ ਸਾਹਮਣੇ ਕੰਧ ਢੁਆ ਕੇ ਨੀਂਹ ਪਟਵਾਉਣ ਲੱਗੇ, ਇੱਟ ਧਰਨ ਵੇਲੇ ਕੰਧ ਉੱਤੇ ਮੇਲਾ ਲੱਗ ਗਿਆ। ਦਰਬਾਰਾ ਸਿੰਘ ਖੁਸ਼ ਤਾਂ ਅੱਗੇ ਹੀ ਨਹੀਂ ਸੀ, ਪਰ ਜਦ ਹੁਣ ਕੰਧ ਬਣਨ ਹੀ ਲੱਗ ਪਈ ਤਾਂ ਅੜ ਫੁੱਟਣ ਦੀ ਨਮੋਸ਼ੀ ਵਿੱਚ ਉਹਦੀ ਹਿੱਕ ਉੱਤੇ ਸੱਪ ਲਿਟ ਰਿਹਾ ਸੀ। ਇੱਕ ਪਾਸਿਓਂ ਧੰਮਾ ਸਿੰਘ ਸਰਪੰਚ ਨੇ ਰੱਸੀ ਫੜੀ, ਦੂਜੇ ਪਾਸਿਓਂ ਨਾਹਰ ਸਿੰਘ ਅਕਾਲੀ ਨੇ। ਜਦ ਰੱਸੀ ਨਾਹਰ ਸਿੰਘ ਨੇ ਨੀਂਹ ਦੇ ਸਿਰੇ ਉੱਤੇ ਛੋਈ ਤਾਂ ਝੱਟ ਬੁਖਲਾਈ ਆਵਾਜ਼ ਵਿੱਚ ਦਰਬਾਰਾ ਬੋਲਿਆ, ਆਪਣੇ ਮਾਨ ਨੂੰ ਜਾਣ ਕੇ ਨਿਆਂ ਕਰੀ ਕਾਲੀਆ, ਸਾਨੂੰ ਤਾਂ ਦੋਵੇਂ ਇਕਸਾਰ ਹੋ ਦਰਬਾਰਾ ਸਿਆਂ, ਨਾਹਰ ਸਿੰਘ ਨੇ ਉੱਤਰ ਦਿੱਤਾ। ਸਾਰੇ ਲੋਕ ਇੱਕ ਟੱਕ ਰੱਸੀ ਦੇ ਵੱਲ ਦੇਖਣ ਲੱਗੇ, ਪਰਲੇ ਸਿਰੇ ਬੈਠੇ ਧੰਮਾ ਸਿੰਘ ਸਰਪੰਚ ਨੇ ਹੱਥ ਭਰ ਕਪੂਰ ਸਿੰਘ ਵੱਲ ਰੱਸੀ ਧਰ ਦਿੱਤੀ, ਇੱਕਦਮ ਰੌਲਾ ਪੈ ਗਿਆ, ਆਹ ਤਾਂ ਜਮਾਂ ਵਿੰਗੀ ਹੈ, ਇੱਥੇ ਕੰਧ ਜਾਂਦੀ ਹੋ ਨੀ, ਕਿਸੇ ਉੱਚੀ ਬੋਲ ਕੇ ਧੰਮਾ ਸਿੰਘ ਨੂੰ ਆਖਿਆ ਕਿ ਰੱਸੀ ਇੱਕ ਹੱਥ ਦੂਜੇ ਪਾਸੇ ਨੂੰ ਧਰੇ, ਇੰਨਾ ਫਰਕ ਤਾਂ ਅੰਨਿਆਂ ਨੂੰ ਵੀ ਦਿਸਦਾ ਸੀ। ਰੱਸੀ ਧੰਮਾ ਸਿੰਘ ਨੂੰ ਦੂਜੇ ਪਾਸੇ ਧਰਨੀ ਪਈ, ਹੁਣ ਠੀਕ ਹੈ, ਸਾਰਿਆਂ ਨੇ ਤਸੱਲੀ ਦਾ ਸਾਹ ਲਿਆ। ਸਾਹ ਸੁੱਟ ਕੇ ਮਿਸਤਰੀ ਨਿਸ਼ਾਨ ਲਾਉਣ ਲੱਗਾ ਕਿ ਦਰਬਾਰੇ ਨੇ ਝੱਟ ਰੌਲਾ ਪਾ ਦਿੱਤਾ, ਮੈਨੂੰ ਨਹੀਂ ਮਨਜ਼ੂਰ, ਇਹ ਕੋਈ ਇਨਸਾਫ਼ ਹੈ, ਕੰਧ 4 ਉਂਗਲ ਮੇਰੇ ਪਾਸੇ ਪਈ ਆ, ਤੇਰੇ ਪਾਸੇ ਤਾਂ ਸਾਰੀ ਓ ਪਈ ਹੈ, ਜਦ 4 ਆਦਮੀ ਖੜੇ ਨੇ ਕੋਲ, ਕਪੂਰ ਸਿੰਘ ਬੋਲਿਆ। ਦਰਬਾਰੇ ਨੇ ਝੱਟ ਗਾਲ ਕੱਢ ਕੇ ਆਖਿਆ, ਜੰਮਿਆ ਕੌਣ ਹੈ ਉਹ ਮੇਰੇ ਪਾਸੇ ਕੰਧ ਕਰਨ ਵਾਲਾ, ਬੰਦਾ ਭਾਵੇਂ ਲੱਖ ਨਰਮ ਹੋਵੇ, ਗਾਲ ਪਰ ਕਿਸੇ ਤੋਂ ਕੋਈ ਕਿਉਂ ਖਾਵੇ? ਪੂਰੇ ਜੋਸ਼ ਨਾਲ ਕਪੂਰ ਸਿੰਘ ਨੇ ਮੁੱਕਾ ਵੱਟ ਕੇ ਮੰਘਾਰਿਆ,
ਨਿਉਂ ਚ ਗੜਦੂ ਨਿਉਂ ਚ ਤੇ ਇੰਨੇ ਵਿੱਚ ਘਰੋਂ ਉਹਦਾ ਛੋਟਾ ਭਰਾ ਗੰਧਾਲੀ ਚੁੱਕ ਲਿਆ। ਦੋਵੇਂ ਪਾਸਿਓ ਗਾਲਾਂ ਦੀ ਵਾਛੜ ਹੋਣ ਲੱਗੀ। ਦੂਜੇ ਪਾਸੇ ਦਰਬਾਰੇ ਦਾ ਭਤੀਜਾ ਗੰਡਾਸੀ ਚਾੜ ਕੇ ਆ ਗਿਆ। ਦਰਬਾਰੇ ਨੇ ਲੈਂਦਿਆਂ ਹੀ ਦੁਹੱਥੜੀ ਜੋੜ ਕੇ ਲਾਠੀ ਕਪੂਰ ਸਿੰਘ ਤੇ ਮਾਰੀ। ਆ ਤੈਨੂੰ ਦੇਖਾਂ ਨਿਉਂ ਚ ਗੜਦੇ ਨੂੰ, ਤੇ ਨਾਲ ਹੀ ਨਾਲ ਤਤੀਰੀ ਕਪੂਰ ਸਿੰਘ ਦੇ ਸਿਰ ਵਿੱਚੋਂ ਆਈ। ਝੱਟ ਗੰਦਾਲੀ ਦਰਬਾਰੇ ਦੇ ਮੋਹਰਾਂ ਉੱਤੇ ਪਈ। ਦੂਜੀ ਪੁੜਪੁੜੀ ਵਿੱਚ ਲਹੂ ਦੀ ਟੀਕ ਚੱਲ ਪਈ ਤੇ ਉਹ ਉਲਟ ਕੇ ਨੀਂਹ ਵਿੱਚ ਜਾ ਡਿੱਗਿਆ। ਪੰਜ ਰੱਸੀ ਛੱਡ ਕੇ ਪਰਾਂ ਹੋ ਗਏ ਸਨ। ਆਖਰ ਕੁਝ ਲੋਕ ਹੌਸਲਾ ਕਰਕੇ ਛਡਾਉਣ ਲੱਗੇ। ਤੀਵੀਆਂ ਘਰਾਂ ਚੋਂ ਨਿਕਲ ਕੇ ਆਮੋ ਸਾਹਮਣੇ ਬਾਹਾਂ ਉਲਾਰਦੀਆਂ ਮੀਣੋ ਮੀਣੀ ਹੋਣ ਲੱਗੀਆਂ। ਚੀਕ ਚਿਹਾੜਾ ਗਾਲਾਂ ਦੁਪੜਾਂ ਕੰਨ ਪਈ ਆਵਾਜ਼ ਨਾ ਸੁਣੇ। ਦੋ ਘੰਟੇ ਉਹ ਝੱਜੂ ਪਿਆ। ਉਹ ਰੂਦ ਛਣਿਆ ਕਿ ਲੋਕੀ ਕੰਨਾਂ ਉੱਤੇ ਹੱਥ ਧਰ ਗਏ। ਇਸ ਤੋਂ ਮਗਰੋਂ ਕੁਝ ਦਿਨ ਪਾ ਕੇ ਕੰਨ ਤੇ ਬਣ ਗਈ। ਜਿਹੋ ਜਿਹੀ ਚਾਹੀਦੇ ਸੀ ਉਹੋ ਜਿਹੀ ਬਣ ਗਈ, ਪਰ ਜਿਉਣ ਦਾ ਹੱਜ ਕੋਈ ਨਾ ਰਿਹਾ। ਜਿਹੜੀ ਗੱਲ ਦਾ ਡਰ ਸੀ ਉਹੀ ਹੋ ਕੇ ਹਟੀ। ਦੋਹਾਂ ਧਿਰਾਂ ਦੀਆਂ ਜ਼ਮਾਨਤਾਂ ਹੋ ਗਈਆਂ। ਦਿਲਾਂ ਵਿੱਚ ਪਾਟਕ ਪੈ ਗਏ। ਬੋਲਚਾਲ ਜਾਂਦੀ ਰਹੀ। ਪੁਸ਼ਤਾਂ ਲਈ ਵੈਰ ਖੜਾ ਹੋ ਗਿਆ। ਦੋ ਚਾਰ ਛੇ ਮਹੀਨੇ ਓੜਕ ਵਰਾ ਲੰਘ ਗਿਆ। ਨਿਮਾਣੀ ਦੇ ਮੌਕੇ ਵੀ ਕਪੂਰ ਸਿੰਘ ਨੇ ਆਪ ਜਾ ਕੇ ਦਰਬਾਰੇ ਤੋਂ ਪੈਸੇ ਮੰਗਣ ਦਾ ਛੇੜਨਾ ਚਾਹਿਆ। ਸਾਰੇ ਪਿੰਡ ਸਾਹਮਣੇ ਲਿਖਤ ਹੋਈ ਸੀ, ਮੁੱਕਰ ਤਾਂ ਹੋ ਸਕਦਾ ਹੀ ਨਹੀਂ। ਛੇ ਮਹੀਨੇ ਹੋਰ ਲੰਘੇ, ਦੂਜੀ ਲੋਹੜੀ ਦੀ ਕਿਸ਼ਤ ਵੀ ਲੰਘ ਗਈ। ਆਥਣ ਸਵੇਰ ਕਪੂਰ ਸਿੰਘ ਪੰਚਾਇਤ ਨੂੰ ਕਹਿਣ ਵਾਲਾ ਸੀ ਕਿ ਇੱਕ ਸਵੇਰ ਕਾਲਜਾ ਫੜੀ ਚਾਚੀ ਰਾਮ ਕੌਰ ਆਈ। ਤੈਂ ਕੁਛ ਸੁਣਿਆ ਕਪੂਰ ਸਿੰਘ? ਹੈਰਾਨ ਹੋ ਕੇ ਕਪੂਰ ਸਿੰਘ ਚੌਂਕਿਆ। ਨਾ ਚਾਚੀ, ਕਿਉਂ, ਕੀ ਗੱਲ ਹੈ? ਲੈ ਆਵੇ, ਤੈਨੂੰ ਖ਼ਬਰੇ ਨੀ, ਮੁੰਡਾ ਤਾਂ ਭੂੰਜੇ ਲਿਆ ਪਿਆ ਦਰਬਾਰਾ। ਦਰਬਾਰਾ? ਲੈ ਹੋਰ ਕੀ, ਉਹ ਤਾਂ ਨਮੂਨੀਏ ਨਾਲ ਜੁੜਿਆ ਪਿਆ, ਠੰਡ ਦੀ ਸੀੜ ਚ ਆ ਗਿਆ। 15 ਦਿਨ ਹੋ ਗਏ, ਰਾਤ ਬਹੂ ਰੋਂਦੀ ਨੀ ਸੀ ਚੱਲੀ ਜਾਂਦੀ। ਇੱਕ ਤਾਂ ਲਾਲ ਕਰਾਉਣਾ ਕਿਹੜਾ ਸੌਖੇ ਨੇ ਚੰਦਰੇ, ਬਿਨਾਂ ਪੈਸੇ। ਮੈਨੂੰ ਤਾਂ ਚਾਚੀ ਹੁਣ ਤਿੱਤੋ ਪਤਾ ਲੱਗਿਆ। ਲੈ ਆਹੋ ਡੱਡ, ਤੈਨੂੰ ਕਿਤੇ ਉੱਪਰ ਹੈ, ਆਉਣ ਜਾਣ ਬਾਜੂ ਕੰਧ ਓਲੇ ਪਰਦੇਸ ਆ ਚਾਚੀ। ਲੈ ਉਹ ਜਾਣੇ, ਨੋਹਾਂ ਨਾਲੋਂ ਮਾਸ ਨੀ ਟੁੱਟਦਾ ਕਦੇ ਸਾਹੂ, ਕਹਿੰਦਿਆਂ ਚਾਚੀ ਸੈਂਤ ਸੁੱਟ ਕੇ ਚਲੀ ਗਈ। ਕਪੂਰ ਸਿੰਘ ਉੱਠਿਆ ਤੇ ਝੱਕਦਾ ਝੁਕਾਉਂਦਾ ਦਰਬਾਰੇ ਦੇ ਘਰ ਅੰਦਰ ਲੰਘ ਗਿਆ। ਵਿਹੜੇ ਵਿੱਚ ਕੰਧ ਦੀ ਓਟ ਨਾਲ ਧੁੱਪੇ ਦਰਬਾਰੇ ਦਾ ਮੰਜਾ ਸੀ। ਕਪੂਰ ਸਿੰਘ ਨੇ ਜਦ ਦਰਬਾਰੇ ਵੱਲ ਦੇਖਿਆ ਤਾਂ ਉਹ ਖੜੇ ਦਾ ਖੜਾ ਰਹਿ ਗਿਆ। ਸੁੱਕ ਕੇ ਪਿੰਜਰ ਬਣਿਆ ਸਰੀਰ, ਕਾਲਾ ਧੂੰਏ ਵਰਗਾ ਰੰਗ, ਅੰਦਰ ਧੱਸੀਆਂ ਹੋਈਆਂ ਅੱਖਾਂ ਤੇ ਦਰਬਾਰੇ ਦੀ ਨਿਆਣੀ ਟੱਬਰੀ। ਅੰਦਰੋਂ ਦਰਬਾਰੇ ਦੀ ਘਰਵਾਲੀ ਨੇ ਮੰਜੇ ਕੋਲ ਸਟੂਲ ਡਾਹ ਦਿੱਤਾ, ਪਰ ਕਪੂਰ ਸਿੰਘ ਦਰਬਾਰੇ ਦੀ ਕੋਲੀ ਮੰਜੇ ਦੀ ਬਾਹੀ ਉੱਤੇ ਬਹਿ ਗਿਆ। ਕੀ ਹਾਲ ਹੈ ਭਾਈ ਦਰਬਾਰਿਆ? ਰਜਾਈ ਦੇ ਆਸਰੇ ਢੋਲ ਆ ਕੇ ਦਰਬਾਰਾ ਕੁਝ ਬੈਠਦਾ ਹੋਇਆ ਬੋਲਿਆ, ਹੁਣ ਤਾਂ ਚੰਗਾ ਭਾਈ, ਬਿਮਾਰੀ ਦਾ ਭੰਨਿਆ ਉਹਦਾ ਨਿਡਾਲ ਮਨ ਕੁਝ ਕਰਾਰ ਫੜ ਆਇਆ। ਕੋਈ ਨਾ, ਤੂੰ ਪਿਆ ਰਹੋ, ਉੱਠਣ ਦੀ ਖੇਚਲ ਨਾ ਕਰੋ, ਕਮਜ਼ੋਰੀ ਜ਼ਿਆਦੇ ਹੈ। ਬੋਲਣ ਲੱਗਿਆ ਦਰਬਾਰੇ ਦਾ ਸਾਰਾ ਤਿੰਗ ਕੰਬਦਾ ਸੀ। ਸਭ ਦੂਰ ਹੋ ਜੂ, ਚੁਗਾਟ ਬਚ ਰਹੇ, ਬਾਣ ਬਥੇਰਾ। ਕਪੂਰ ਸਿੰਘ ਨੇ ਹੌਸਲਾ ਦਿੱਤਾ। ਲੋਗੜ ਗਰਮ ਕਰਕੇ ਉਹਦੀ ਕੁੜੀ ਹਰਬੰਸ ਉਹਦੀਆਂ ਵੱਖੀਆਂ ਉੱਤੇ ਸੇਕਣ ਲਈ ਲਿਆਈ। ਇਲਾਜ ਕਿਹਦਾ? ਕਪੂਰ ਸਿੰਘ ਨੇ ਪੁੱਛਿਆ। ਇਲਾਜ? ਦਰਬਾਰਾ ਅੱਗੇ ਚੁੱਪ ਕਰ ਗਿਆ। ਇਲਾਜ ਕਿਸੇ ਦਾ ਵੀ ਨਹੀਂ ਸੀ, ਘਰਾਂ ਦੇ ਇਲਾਜ ਕੋਈ ਇਲਾਜ ਹੁੰਦੇ ਨੇ? ਕਪੂਰ ਸਿੰਘ ਤੋਂ ਲੁਕਿਆ ਕੀ ਸੀ, ਇੱਕ ਦੂਜੇ ਦੇ ਘਰ ਦੀ ਹਾਲਤ ਉਹ ਜਾਣਦੇ ਹੀ ਸਨ। ਕਪੂਰ ਸਿੰਘ ਨੇ 10 ਰੁਪਏ ਦਾ ਨੋਟ ਕੱਢ ਕੇ ਦਰਬਾਰੇ ਦੀ ਜੇਬ ਵਿੱਚ ਪਾ ਦਿੱਤਾ। ਮੈਂ ਜਾ ਕੇ ਮੰਡੀਓ ਡਾਕਟਰ ਨੂੰ ਭੇਜਦਾ। ਦਰਬਾਰੇ ਦੇ ਮਨ ਵਿੱਚ ਹੂਕ ਉੱਠੀ। ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਆ ਬਾਈ, ਕੰਧ ਵਾਲੇ, ਤੂੰ ਹਾਲੇ ਤਕੜਾ ਹੋ, ਦਿੰਦਾ ਰਹੀ ਪੈਸੇ। ਪੈਸਿਆਂ ਨੀ ਨਾਲ ਜਾਣਾ? ਦਰਬਾਰੇ ਦੀਆਂ ਅੱਖਾਂ ਸਿਮਾਈਆਂ। ਥੋੜੇ ਚਿਰ ਪਿੱਛੋਂ ਭਰੇ ਹੋਏ ਗਲੇ ਨਾਲ ਉਹ ਧੀਮਾ ਜਿਹਾ ਬੋਲਿਆ, ਮਕਾਨ ਦਾ ਕੰਮ ਚੜ ਗਿਆ ਸਿਰੇ? ਥੋੜਾ ਜਿਹਾ ਟੀਪ ਟੱਲਾ ਰਹਿੰਦਾ, ਸੀਮਿੰਟ ਥੁੜ ਗਿਆ, ਮੈਨੂੰ ਤਾਂ ਸਰਪੰਚ ਭਖਾਉਂਦਾ ਰਿਹਾ। ਨਹੀਂ, ਮੈਂ ਕਿਹੜਾ ਤੇਰਾ ਦੋਖੀ ਸੀ, ਹੁਣ ਤੂੰ ਇਹਨਾਂ ਗੱਲਾਂ ਨੂੰ ਮਨ ਤੇ ਨਾ ਲਾ। ਜੇ 4 ਭਾਂਡੇ ਹੋਣਗੇ ਤਾਂ ਖੜਕਣਗੇ, ਹਾੜ ਦਾ ਬੰਸ ਦਾ ਵਿਆਹ ਦੇ ਦਈਏ। ਦਰਬਾਰੇ ਦੇ ਲੂਣ ਲੂਚੇ ਆਪਣਾ ਤਜਾਗ ਰਹੀ ਸੀ। ਕੋਈ ਡਰ ਨਹੀਂ, ਜਿਹੜਾ ਭਾਰ ਸਿਰੋਂ ਲੈ ਜਾਵੇ ਚੰਗਾ, ਤੂੰ ਆਏਗਾ? ਜਿੱਕਣ ਤੂੰ ਕਹੀ। ਦਰਬਾਰੇ ਨੇ ਕੰਬਦੇ ਹੱਥਾਂ ਵਿੱਚ ਕਪੂਰ ਸਿੰਘ ਦਾ ਹੱਥ ਫੜ ਕੇ ਆਖਿਆ, ਤੇਰੇ ਬਿਨਾਂ ਬਾਈ ਮੈਂ ਕਾਹਦੇ ਜੋਗਾ। ਉਹਦੇ ਬੁੱਲ ਫਰਕਣ ਲੱਗੇ ਤੇ ਅੱਖਾਂ ਵਿੱਚੋਂ ਪਰਲ ਪਰਲ ਹੰਝੂਆਂ ਦੀਆਂ ਧਾਰਾਂ ਫੁੱਟ ਪਈਆਂ। ਉਹ ਤੂੰ ਦਿਲ ਰੱਖ ਵੀਰ, ਮੈਂ ਤੇਤੋਂ ਨਾਬਰਤਾ ਨੀ, ਕਪੂਰ ਸਿੰਘ ਨੇ ਮਸੀਂ ਇਹ ਬੋਲ ਆਖੇ। ਹੰਝੂਆਂ ਦੀਆਂ ਦੋ ਧਾਰਾਂ ਹੁਣ ਉਹਦੇ ਚਿਹਰੇ ਉੱਤੇ ਵੀ ਵਗ ਪਈਆਂ ਸਨ। ਤੇ ਕਹਾਣੀ ਇੱਥੇ ਖਤਮ ਹੁੰਦੀ ਹੈ। ਧੰਨਵਾਦ ਜੀ। ਤੇ ਪਰ ਐਂਡ ਆਫ ਦ ਡੇ ਆਪਣੇ ਹੀ ਕੰਮ ਆਉਂਦੇ ਨੇ, ਜਿੱਥੇ ਮਰਜ਼ੀ ਚਲ ਜਾਓ ਖੂਨ ਜਿਹੜਾ ਆ ਉਹ ਉਵੇਂ ਦਾ ਹੀ ਰਹਿੰਦਾ ਹੈ। ਉਹ ਪਿਆਰ ਤਾਂ ਜ਼ਰੂਰ ਹੁੰਦਾ, ਬਸ ਇੱਕ ਆਈਸ ਬ੍ਰੇਕ ਕਰਨ ਦੀ ਲੋੜ ਹੁੰਦੀ ਹੈ ਸਾਨੂੰ, ਇੱਕ ਦੂਜੇ ਦੇ ਨਾਲ ਥੋੜ੍ਹੀ ਬਹੁਤ ਜਿਹੜੀ ਹੈ ਗੱਲਬਾਤ ਉਹ ਨੀਵੇਂ ਹੋ ਕੇ ਵੀ ਜੇ ਅਸੀਂ ਕਰ ਲਈਏ ਨਾ, ਤੇ ਫਿਰ ਮੈਨੂੰ ਲੱਗਦਾ ਕਿ ਟੁੱਟਦੇ ਹੋਏ ਰਿਸ਼ਤੇ ਵੀ ਜਿਹੜੇ ਆ ਉਹ ਬਚਾਏ ਜਾ ਸਕਦੇ। ਦੇਖੋ ਇਹ ਜਿਹੜੀਆਂ ਜਦੋਂ ਪਰਿਵਾਰ ਵੱਡਾ ਹੁੰਦਾ ਆ, ਵੱਖਰੇ ਹੋਣਾ, ਵੰਡ ਵਡਾਈਆਂ ਕਰਨੀਆਂ, ਜਾਂ ਇੱਕ ਘਰ ਦੇ ਵਿੱਚ ਜਿੱਦਾਂ ਪੁਰਾਣੇ ਜ਼ਮਾਨੇ 'ਚ ਵੱਡੇ ਘਰ
कंध करके घर जो दो हिस्से करने ने पहला भी सीगा आने वाले समय के जड़िया जायदादा ने वह वंड होनी ने की स्रोते किवें सोचते ने भी जो साढ़े परिवार रिश्तेदारियों के कोई यहोजा सनैरियो आ जो योजना गल् होंदिया ने उन्होंने किवें हैंडल करना चाहिए आ सो इस जिन्हें साढ़े स्रोते होंगे ने कई बार वो आइडिया आता है वह कहानियां एवें बन दिया ने समाज दियाँ तो इस कहानी तुम सुनी है तो विचार ने तुसी सानू कॉल कर सकते हो 905-601-1350 साढ़े स्टूडियो के नंबर ने जी। और आप कॉल लैन तो पहला मैं एक क्विकली जतेंद्र सोंधी होना का सुनेहा देता जी। सेंट कैथरीन दे विच चार बैडरूम का घर लैके आए ने जिद विच तीन बैडरूम की बेसमेंट बनी हुई है डिटैच घर आ जी डबल कार गराज आ। इस प्रॉपर्टी बारे तुसी जानकारी लेना चाहते हो तो फिर जतेंद्र सोंधी होना कॉल करो 647-218-1300 दे उत्ते जी। और वन टच कम्यूनीकेशन वाले एक बहुत वधिया सैलफोन का प्लान लैके आए ने 50 GB डाटा सिर्फ $70 दे विच और तुसी छोटा जा प्लान लेना आ वैसे तो $40 का प्लान है अजकल सिर्फ $25 का लगा कैनेडा वाइड तो 3 GB डाटा यह भी प्लान तुसी लै सकते हो जां फिर तुसी हाई स्पीड इंटरनेट लैनी है जी तो भी तुसी जिहड़ा जी 11 बजे तो बाद कॉल कर लियो। वन टच वाले का नंबर लिख लो जी 905-203-3636 दे उत्ते जी। डिक्सी ट्रक एंड फोरकलिफ्ट ड्राइविंग स्कूल वाले तो तुसी AZ-DZ का लाइसेंस लेना है G2G का लाइसेंस लेना है फोरकलिफ्ट का लाइसेंस लेना चाहते हो तो जरूर एक बार कॉल कर लियो जिथे तुहानू वधिया ट्रेनिंग दिती जाऊगी नाल दी नाल ही नवे ड्राइवर्स वास्ते ऑनलाइन ट्रेनिंग का भी प्रबंध है सो ओहदे च तुसी जिहड़ा आ पूरी लाइफ टाइम दे विच इंश्योरेंस ते बहुत सेव कर सकदे हो सो चंगे ड्राइवर बन के जिहड़े आ ओह इस स्कूल दे विचों निकलणगे। ਤੁਸੀਂ ਮਨਜੀਤ ਮਾਨ ਜਾਂ ਫਿਰ ਦਰਸ਼ਨ ਮਾਨ ਉਹਨਾਂ ਨੂੰ ਫੋਨ ਕਰ ਸਕਦੇ ਹੋ 905-671-3633 ਜਾਂ ਫਿਰ 416-629-4444 'ਤੇ ਫੋਨ ਕੀਤਾ ਜਾ ਸਕਦਾ 905-671-3633 'ਤੇ ਜਾਂ ਫਿਰ 416-629-4454 ਜੀ। ਲਓ ਜੀ ਫਿਰ ਹੁਣ ਆਪਾਂ ਆਪਣੇ ਸਰੋਤਿਆਂ ਦੇ ਵਿਊ ਲੈਂਦੇ ਹਾਂ ਅਤੇ ਕਰਦੇ ਹਾਂ ਫਿਰ ਗੱਲਬਾਤ ਜੀ ਸੋ ਵਨ ਬਾਏ ਵਨ ਆਪਾਂ ਸਾਰੇ ਨਾਲ ਗੱਲਬਾਤ ਕਰਦੇ ਹਾਂ। ਲਓ ਜੀ ਫਸਟ ਕਾਲ ਹੈਗੀ ਆ 4878 ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਰਾਜਵੀਰ ਸਿੰਘ ਤੇ ਸੱਦੀ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਬਹੁਤ ਹਾਰਟ ਟਚਿੰਗ ਸਟੋਰੀ ਸੀ ਜੀ ਤੇ ਇਹ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਹੀ ਵਾਪਰਦਾ ਜਦੋਂ ਵੰਡ ਹੁੰਦੀ ਆ ਚਾਹੇ ਦੋ ਭਰਾ ਤਿੰਨ ਭਰਾ ਜਿਹੜਾ ਭਰਾ ਜਿਹੜਾ ਮਾਲੀ ਹਾਲਤ ਕਮਜ਼ੋਰ ਹੁੰਦੀ ਆ ਉਹ ਇਹੋ ਜਿਹਾ ਇੱਥੇ ਹੱਥ ਕੰਡੇ ਅਪਣਾਉਂਦਾ ਤੇ ਉਹ ਪੈਸੇ ਦੀ ਘਾਟ ਕਰਕੇ ਕਮੀ ਕਰਕੇ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਚਲੋ ਏਦਾਂ ਹੀ ਬੁੱਤਾ ਸਾਰਿਆ ਜਾਵੇ ਤੇ ਬਾਕੀ ਜਿਹੜਾ ਲੋਕਾਂ ਦੀ ਵੀ ਚੱਕਤ ਹੁੰਦੀ ਆ ਦੋਨਾਂ ਨੂੰ ਦੂਸਰੇ ਭਰਾ ਨੂੰ ਵੀ ਤੇ ਉਹਨੂੰ ਵੀ ਖੈਰ ਜਿਹਦੇ ਕੋਲ ਤਾਂ ਪੈਸੇ ਹੁੰਦੇ ਆ ਉਹਨੂੰ ਤਾਂ ਕੋਈ ਇਸ ਚੀਜ਼ ਦੀ ਫਰਕ ਕੋਈ ਫਰਕ ਨਹੀਂ ਪੈਂਦਾ ਤੇ ਜਿਹਦੇ ਕੋਲ ਪੈਸੇ ਦੀ ਘਾਟ ਹੁੰਦੀ ਆ ਉਹ ਜ਼ਰੂਰ ਤੇ ਇਹੋ ਜਿਹੀ ਕੋਸ਼ਿਸ਼ ਕਰਦਾ ਵੀ ਮੇਰਾ ਇਸ ਤਰ੍ਹਾਂ ਹੀ ਸਾਥ ਦੇਵੇ। ਔਰ ਦੂਸਰੀ ਗੱਲ ਏਦਾਂ ਕਿ ਜਿੱਦਾਂ ਜਿੱਦਾਂ ਹੁਣ ਦਰਬਾਰਾ ਸਿੰਘ ਜਿੱਦ ਕਰੀ ਜਾਂਦਾ ਕਈ ਵਾਰੀ ਨਾ ਜਿੱਦ ਹੁੰਦੀ ਆ ਸੋ ਜਿੱਦ ਵੀ ਜਿਹੜੀ ਹੈ ਨਾ ਕਈ ਵਾਰੀ ਨਿੱਕੀ ਜਿਹੀ ਗੱਲ ਨੂੰ ਬਹੁਤ ਜ਼ਿਆਦਾ ਵਧਾ ਦਿੰਦੀ ਆ। ਬਾਕੀ ਇਹਦੇ ਵਿੱਚ ਜਿੱਦ ਦਾ ਵੀ ਆਉਂਦਾ ਜੇ ਤੁਹਾਡੇ ਕੋਲ ਮਤਲਬ ਚਲੋ ਤੁਹਾਡੀ ਮਾਲੀ ਹਾਲਤ ਕਮਜ਼ੋਰ ਹੈ ਤੇ ਤੁਸੀਂ ਆਪਣਾ ਵੱਡਾ ਭਰਾ ਉਹਦੇ ਨਿਮਰਤਾ ਦੇ ਨਾਲ ਵੀ ਉਹਨੂੰ ਜਿੱਦ ਛੱਡ ਕੇ ਤੇ ਫਿਰ ਮਸਲੇ ਸਾਰੇ ਹੱਲ ਹੋ ਜਾਂਦੇ ਆ ਬਿਲਕੁਲ। ਹੁਣ ਦਰਬਾਰਾ ਸਿੰਘ ਜਦੋਂ ਬਿਮਾਰ ਪੈ ਗਿਆ ਉਹੀ ਜੀ ਜੀ ਦਰਬਾਰ ਨਾ ਕਿਸੇ ਲੰਬੜਦਾਰ ਨੇ ਆਉਣਾ ਅਖੀਰ ਦੇ ਵਿੱਚ ਤੁਹਾਨੂੰ ਤੁਹਾਡੇ ਆਪਣਿਆਂ ਨੇ ਹੀ ਜਿਹੜਾ ਜੀ ਸਾਂਭਣਾ ਆ ਉਹੀ ਆ ਕਹਿੰਦਾ ਭਾਵ ਵੀ ਜਿਹੜੇ ਚੱਕ ਤਲ ਕਰਨ ਵਾਲੇ ਉਸ ਟਾਈਮ ਜਦੋਂ ਤੁਹਾਡੇ ਤੇ ਇਸ ਕੋਈ ਕਰੋ ਦੋ ਕਿਸੇ ਭਰਾ ਦਾ ਕਿਸੇ ਦਾ ਝਗੜਾ ਹੋ ਜਾਂਦਾ ਆਂਢ ਗੁਆਂਢ ਕਿਸੇ ਨਾਲ ਵੀ ਚਾਹੇ ਤੁਹਾਡਾ ਦੂਸਰਾ ਸਗਾ ਭਰਾ ਆ ਉਸ ਟਾਈਮ ਉਹ ਤੁਹਾਡੀ ਬੋਲਚਾਲ ਬੇਸ਼ੱਕ ਉਹ 5-10 ਸਾਲ ਤੋਂ ਬੰਦ ਆ ਲੇਕਿਨ ਮੌਕੇ ਤੇ ਉਹ ਜਿਹੜਾ ਭਰਾ ਦਾ ਖੂਨ ਹੀ ਉਹ ਹੀ ਖੋਲੇਗਾ ਉਹ ਹੀ ਤੁਹਾਡੇ ਨਾਲ ਖੜੂਗਾ ਨਾ ਕਿ ਹੋਰ ਕੋਈ ਜਿਹੜਾ ਚੱਕ ਤਲ ਕਰਨ ਵਾਲਾ ਬਾਕੀ ਲੋਕ ਤਾਂ ਤਮਾਸ਼ਾ ਦੇਖਦੇ ਨੇ ਜੀ। ਵਧੀਆ ਬਿਲਕੁਲ ਬਹੁਤ ਵਧੀਆ ਸਟੋਰੀ ਆ ਜਿਹੜੀ ਸੰਦੀਪ ਉਹਨਾਂ ਨੇ ਸੁਣਾਈ ਤੇ ਬਹੁਤ ਹਾਰਟ ਟੱਚ ਸਟੋਰੀ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਹੀ ਵਾਪਰਦਾ ਜੀ ਤੇ ਬਾਕੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਲੈਣ ਵਾਸਤੇ। ਥੈਂਕ ਯੂ ਸਰ ਜੀ। ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ।
ਤੇ ਲਖਵੀਰ ਸਿੰਘ ਰੰਧਾਵਾ ਉਹਨਾਂ ਦਾ ਨੰਬਰ ਤੁਹਾਨੂੰ ਇੱਕ ਵਾਰੀ ਫਿਰ ਦੇ ਦਈਏ। ਸੋ ਤੁਸੀਂ ਨਵਾਂ ਨਵਾਂ ਲਾਇਸੈਂਸ ਲਿਆ ਹੈ ਰੀਅਲ ਐਸਟੇਟ ਦਾ ਤੇ ਤੁਸੀਂ ਇਹਨਾਂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਵਧੀਆ ਟ੍ਰੇਨਿੰਗ ਦੇ ਨਾਲ ਨਾਲ ਤੁਹਾਨੂੰ ਚੰਗਾ ਕਮਿਸ਼ਨ ਪੈਕੇਜ ਵੀ ਦਿੱਤਾ ਜਾਊਗਾ। 416-399-8067 416-399-8067 ਜਸਪਲ ਰੋਣਾ ਤੋਂ ਤੁਸੀਂ ਮਾਰਗੇਜ ਕਰਵਾਉਣੀ ਹੈ, ਚਾਹੇ ਉਹ ਕਮਰਸ਼ਲ ਮਾਰਗੇਜ ਹੈ, ਰੈਜੀਡੈਂਸ਼ੀਅਲ ਮਾਰਗੇਜ ਹੈ ਜਾਂ ਫਿਰ ਤੁਸੀਂ ਟਰੱਕ ਲੋਨ ਕਰਵਾਉਣਾ ਚਾਹੁੰਦੇ ਹੋ, ਤਾਂ 416-732-2611 ਦੇ ਉੱਪਰ ਕਾਲ ਕੀਤੀ ਜਾ ਸਕਦੀ ਹੈ। 416-732-2611 ਜਸ ਭੁੱਲਰ ਦਾ ਨੰਬਰ ਹੈ। ਨੈਕਸਟ ਕਾਲ ਲੈਣੇ ਜੀ। ਜੀ ਸ਼ਹਿਜ਼ਾਦ ਜੀ, ਸਵਾਗਤ ਜੀ, ਵੈਲਕਮ। ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕਹਾਣੀ ਬਿਲਕੁਲ ਕਹਿ ਲਓ ਕਿ ਭਾਈ ਹੁਣ ਕਹਿੰਦੇ ਹਾਰਡ ਟੱਚਿੰਗ ਹੈ, ਮਗਰ ਮੈਂ ਕਹਾਂਗਾ ਕਿ 100% ਹਕੀਕਤ ਹੈ ਇਹ। ਇਤੋਂ ਅਸੀਂ ਜੁਟਲਾ ਨਹੀਂ ਅਸੀਂ ਸਕਦੇ, ਮੇਰੇ ਨਾਲ ਆਪ ਬੀਤੀ ਹੈ ਇਹ ਜੀ। ਮਗਰ ਇਸ ਸਟੋਰੀ ਵਿੱਚ ਤੇ ਨਿੱਕੇ ਵੀਰ ਨੇ ਕੀਤਾ, ਮੇਰੇ ਨਾਲ ਵੱਡੇ ਵੀਰ ਨੇ ਕੀਤਾ ਸੀ। ਬਟ ਇਹ ਕਿ ਅੱਲਾ ਉਹਨੂੰ ਜ਼ਿੰਦਗੀ ਤੰਦਰੁਸਤੀ ਦੇਵੇ ਤੇ ਮੈਂ ਮੇਰੀਆਂ ਸਾਹਾਂ ਵੀ ਉਹਦੇ ਨਾਲ ਨੇ। ਬਰਲ ਇਹ ਹੈ ਕਿ ਉਹ ਜਿਹੜਾ ਨੰਬਰ ਪੰਚ ਦਾ ਵਿੱਚ ਰੋਲ ਹੈ ਨਾ, ਉਹਦੇ ਲਈ ਇੱਕ ਮੈਨੂੰ ਕਹਿ ਲਓ ਕਿ ਬਜ਼ੁਰਗ ਦਾ ਨਾਮ ਨਹੀਂ ਆ ਰਿਹਾ ਜ਼ਿਹਨ 'ਚ, ਬਾਬਾ ਬੁੱਲੇ ਸ਼ਾਹ ਦਾ ਜਾਂ ਕਿਸੇ ਹੋਰ ਦਾ ਕਲਾਮ ਆ। ਉਹਨਾਂ ਨੇ ਕਿਹਾ ਨੀਚਾਂ ਦੀ ਇਸ਼ਨਾਈ ਕੋਲੋਂ ਫੈਜ਼ ਕਿਸੇ ਨਹੀਂ ਪਾਇਆ, ਟਿੱਕਰ ਤੇ ਅੰਗੂਰ ਚੜਾਇਆ ਤੇ ਹਰ ਗੁੱਛਾ ਜ਼ਖਮਾਇਆ। ਤੇ ਉਹ ਟਿੱਕਰਾਂ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਜਦੋਂ ਜਲੇ ਜਾਂਦੇ, ਜਿਨ੍ਹਾਂ ਦੇ ਤੁਹਾਡਾ ਲੂਹ ਨੂੰ ਜਿਹੜਾ ਦਿੰਦੀਆਂ ਨੇ, ਰੂਹਾਂ ਨੂੰ ਅਸਲ 'ਚ ਜ਼ਖਮ ਜਾਂਦੇ ਨੇ ਇਹ, ਜਿਨ੍ਹਾਂ ਦੀ ਵਜ੍ਹਾ ਨਾਲ ਕਹਿ ਲਓ ਕਿ ਰਿਸ਼ਤੇ ਦੂਰੀਆਂ ਜਾਂਦੀਆਂ ਨੇ, ਜਿਹੜੇ ਬਾਹਰਲੇ ਲੋਕ ਫੂਕਾਂ ਮਾਰਨ ਵਾਲੇ ਨੇ। ਤੇ ਦੂਸਰਾ ਇਹ ਹੈ ਕਿ ਹਮੇਸ਼ਾ ਕਹਿੰਦੇ ਹੁੰਦੇ ਨਾ ਸਿਆਣੇ, ਗਲਾਂ ਨੂੰ ਆਉਂਦੀਆਂ ਨੇ, ਇਹ ਘਾ ਜਿਹੜੀਆਂ ਨੇ ਬਾਹਾਂ ਆਉਂਦੀਆਂ ਨੇ ਜੀ। ਕਿ ਮਾਂ ਉਹਨਾਂ ਨੂੰ ਵੱਖ ਨੀ ਹੁੰਦਾ, ਬਾਹਾਂ ਜਿਸਮ ਨੂੰ ਜੁਦਾ ਨੀ ਹੁੰਦੀਆਂ, ਜੁਦਾ ਹੋ ਜਾਣਗੀਆਂ ਤੇ ਬੰਦਾ ਕਿਸੇ ਕੰਮ ਦਾ ਨੀ ਗਾ ਜੀ। ਅਖੀਰ ਭਰਾਵਾਂ ਨੇ ਕੰਮ ਆਉਣਾ ਵਾ, ਭੈਣ ਭਰਾ ਹੀ ਕੰਮ ਆਉਂਦੇ ਨੇ ਜਾਂ ਮਾਂ ਪਿਓ ਕੰਮ ਆਉਂਦਾ ਜੀ। ਕੋਈ ਤੁਹਾਡਾ ਕੋਈ ਕਿਸੇ ਕਿਸਮ ਦਾ ਕੋਈ ਸਗਾ ਨੀ, ਨਾਲੇ ਹੁਣ ਇਸ ਦੌਰ ਦੇ ਵਿੱਚ ਰਿਸ਼ਤਾ ਸਿਰਫ ਰਹਿ ਗਿਆ ਅਹਿਸਾਸ ਦਾ ਜੀ। ਤੁਸੀਂ ਮੇਰਾ ਅਹਿਸਾਸ ਕਰਦਾ ਕਰੀਬ ਜੇ, ਤੁਸੀਂ ਮੇਰੇ ਰਿਸ਼ਤੇਦਾਰ ਜੇ, ਤੁਸੀਂ ਮੇਰਾ ਸਗਾ ਖੂਨ ਮੇਰਾ ਅਹਿਸਾਸ ਨੀ ਕਰਦਾ, ਮੇਰਾ ਕਦੇ ਰਿਸ਼ਤੇਦਾਰ ਜੀ, ਉਹ ਕਦਾ ਮੇਰਾ ਭਰਾ ਵਾ ਜਾਂ ਕੀ ਆ ਉਹ ਕੁਛ। ਹਮੇਸ਼ਾ ਅਹਿਸਾਸ ਦਾ ਰਿਸ਼ਤਾ ਵਾ, ਔਰ ਅਹਿਸਾਸ ਅੱਲਾ ਦੀ ਜ਼ਾਤ ਬਣਾਈ ਰੱਖੇ ਭਰਾਵਾਂ ਚ, ਭੈਣਾਂ ਚ, ਬਲਕਿ ਪੂਰੇ ਪਰਿਵਾਰ ਚ, ਪੂਰੇ ਖਾਨਦਾਨ ਚ, ਪੂਰੇ ਸਮਾਜ ਦੇ ਵਿੱਚ ਅੱਲਾ ਦੀ ਜ਼ਾਤ ਫਜ਼ਲ ਰੱਖੇ ਆਪਣਾ। ਪਰ ਲਿਆ ਕਿ ਕਹਾਣੀ ਬਹੁਤ ਅੱਛੀ ਸੀ, ਔਰ ਜਿਸ ਤਰ੍ਹਾਂ ਮੇਰੀ ਭੈਣ ਸੁਣਾਉਂਦਿਆਂ ਇਮੋਸ਼ਨਲ ਹੋ ਰਹੀ ਸੀ, ਉਸ ਤਰ੍ਹਾਂ ਸੁਣਨ ਵਾਲੇ ਵੀ ਇਮੋਸ਼ਨਲ ਹੋ ਰਹੇ ਸਨ, ਔਰ ਉਹ ਡੈਫੀਨੇਟਲੀ ਤਮਾਮ ਸਾਰਿਆਂ ਦੀ ਕੈਫੀਅਤ ਜਿਹੜੀ ਸੀ ਨਾ ਉਹ ਸਿਮਿਲਰ ਸੀ, ਉਹ ਕੋਈ ਵੱਖ ਨਹੀਂ ਸੀ ਹੈ। ਬਿਲਕੁਲ ਜੀ, ਬਿਲਕੁਲ, ਬਹੁਤ ਵਧੀਆ ਵਿਚਾਰ ਵੀਰ ਜੀ ਤੁਹਾਡੇ, ਥੈਂਕ ਯੂ ਸੋ ਮਚ। ਸੁੰਦਰ ਉਹ ਪ੍ਰੋਗਰਾਮ ਰੰਗ ਭਰਦੇ ਸੀ। ਸਾਡੇ ਸਟੂਡੀਓ ਦਾ ਨੰਬਰ 905-601-1350-905-601-1350 ਤੇ ਤੁਹਾਡੀ ਕਾਲ ਆ ਸਕਦੀ ਹੈ। ਦੋ ਕਾਲਾਂ ਖਾਲੀ ਨੇ, ਦੋ ਲਾਈਨਾਂ ਖਾਲੀ ਨੇ ਤੇ ਤੁਸੀਂ ਕਾਲ ਕਰ ਸਕਦੇ ਹੋ, ਤੇ ਆਪਣਾ ਸਾਥ ਹਲੇ ਵੀ 10 ਵਜੇ ਤੱਕ ਬਣਿਆ ਰਹਿਣਾ। ਸੋ ਇਸ ਵੇਲੇ ਅਸੀਂ ਚਰਚਾ ਕਰ ਰਹੇ ਹਾਂ ਕਹਾਣੀ ਜਿਹੜੀ ਸੰਦੀਪ ਨੇ ਸੁਣਾਈ ਹੈ, ਸੋ ਉਹਦੇ ਉੱਪਰ ਚਰਚਾ ਕੀਤੀ ਜਾ ਰਹੀ ਹੈ ਜੀ। ਸੁਦੇਵ, ਪਾਪੂਲਰ ਕਿਚਨ ਜਿਹੜੇ ਜੀ ਤੁਹਾਡੇ ਪਸੰਦ ਦੀ ਤੁਸੀਂ ਕਿਚਨ ਬਣਾਉਣਾ ਚਾਹੁੰਦੇ ਹੋ, ਤੁਹਾਡੇ ਬਜਟ 'ਚ ਬਣਾਉਣਾ ਚਾਹੁੰਦੇ ਹੋ, 5-star ਮਿਲੇ ਹੋਏ ਜੀ ਇਹਨਾਂ ਨੂੰ, ਬਹੁਤ ਪੁਰਾਣਾ ਸਮੇਂ ਤੋਂ ਜਿਹੜਾ ਇਹ ਬਿਜ਼ਨਸ ਦੇ ਵਿੱਚ ਨੇ, ਸੋ ਤੁਸੀਂ ਜਿਹੜਾ ਜੀ ਕਿਚਨ ਬਣਾਓ, ਚਾਹੇ ਵੁੱਡ ਵਰਕਿੰਗ ਦਾ ਕੋਈ ਕੰਮ ਕਰਾਓ, ਕਲੋਜ਼ਟ ਔਰਗੇਨਾਈਜ਼ਰ, ਸੋ ਬਹੁਤ ਸਾਰਾ ਸਮਾਨ ਜਿਹੜਾ ਆ ਉਹ ਆਜੂਗਾ, ਅਤੇ ਫ੍ਰੀ ਐਸਟੀਮੇਟ ਲੈਣ ਵਾਸਤੇ ਤੁਸੀਂ ਬਲਜੀਤ ਸਿੰਘ ਹੁਣਾਂ ਦੇ ਨਾਲ ਗੱਲਬਾਤ ਕਰਨੀ ਆ। 416-998-6428 416-998-6428 ਤੇ ਤੁਸੀਂ ਪਾਪੂਲਰ ਕਿਚਨ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਵੜੈਚ ਮੀਟ ਸ਼ਾਲੇ ਬੁਲੇਵਾਰਡ ਤੇ ਮਕਲਾਗਲ ਵਾਲੀ ਬ੍ਰਾਂਚ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਜੀ, ਔਰ ਦੇਰ ਰਾਤ ਖੁੱਲ੍ਹੇ ਰਹਿੰਦੇ ਨੇ। ਤੁਸੀਂ ਕੋਈ ਵੀ ਜਿਹੜਾ ਰਾ ਮੀਟ ਮਸਾਲੇ ਵਾਲਾ ਲੈ ਕੇ ਆਉਣਾ ਚਾਹੁੰਦੇ ਹੋ, ਜਾਂ ਇਹਨਾਂ ਦੀ ਤੰਦੂਰੀ ਫਿਸ਼ ਹਾਲੇ ਤੱਕ ਟਰਾਈ ਨਹੀਂ ਕੀਤੀ ਤਾਂ ਜ਼ਰੂਰ ਕਰਿਓ ਜੀ। ਬਾਕੀ ਰੀਆ ਮਨੀ ਐਕਸਚੇਂਜ ਵੀ ਇਹਨਾਂ ਨੇ ਜਿਹੜਾ ਆ ਹੁਣ ਲੈ ਕੇ ਆਏ ਨੇ, ਕਹਿੰਦੇ ਆ ਕਿ ਜਦੋਂ ਤੁਸੀਂ ਪੈਸੇ ਭੇਜੋਗੇ ਤੇ ਤੁਹਾਨੂੰ ਗਰਮਾ ਗਰਮ ਖਰੌੜਿਆਂ ਦਾ ਸੂਪ ਤੇ ਜਾਂ ਫਿਰ ਤੁਸੀਂ ਮੱਛੀ ਇਹਨਾਂ ਕੋਲ ਖਾ ਸਕਦੇ ਹੋ। ਰਾਜੀਵ ਉਹਨਾਂ ਦੇ ਨਾਲ ਗੱਲ ਕਰੋ, 905-450-1792 ਤੇ ਗੱਲਬਾਤ ਕੀਤੀ। ਲਓ ਜੀ ਆਪਾਂ ਲੈਂਦੇ ਹਾਂ ਨੈਕਸਟ ਕਾਲ, ਆਪਾਂ 4646 ਤੁਹਾਡਾ ਨੰਬਰ ਹੈ ਜੀ, ਸਤਿ ਸ਼੍ਰੀ ਅਕਾਲ। ਸੰਪੂਰਨ ਅੰਕਲ, ਅੰਕਲ ਤੁਸੀਂ ਕਿੱਥੇ ਰਹਿ ਗਏ, ਤੁਹਾਡੀ ਆਵਾਜ਼ ਕਿੰਨੇ ਦਿਨਾਂ ਬਾਅਦ ਸੁਣਨ ਨੂੰ ਮਿਲੀ ਹੈ, ਤੁਸੀਂ ਠੀਕ ਹੋ? ਬਿਲਕੁਲ ਬਿਲਕੁਲ, ਤੁਸੀਂ ਸੁਣਾਓ। ਆਪਾਂ ਠੀਕ ਹੈ ਅੰਕਲ, ਠੀਕ ਹੈ। ਤੁਹਾਡੀ ਸਿਹਤ ਪਰਿਵਾਰ ਸਾਰਾ ਠੀਕ ਠਾਕ ਹੈ?
ਬਿਲਕੁਲ ਠੀਕ ਹੈ ਜੀ। ਚਲੋ ਅੰਕਲ ਵਿਚਾਰ ਦਿਓ ਆਪਣੇ ਕਹਾਣੀ ਦੇ ਉੱਪਰ। ਲੇਖਕ ਨੇ ਕਹਾਣੀ ਦੇ ਵਿੱਚ ਸਾਡੇ ਇੱਕ ਸਮਾਜ ਦੀ ਬਹੁਤ ਹੀ ਅਹਿਮ ਤਸਵੀਰ ਨੂੰ ਲਿਆ ਜੀ, ਔਰ ਇਹ ਸਾਡੇ ਆਮ ਘਰਾਂ ਦੇ ਵਿੱਚ ਵਰਤਾਰਾ ਹੈ ਇੱਦਾਂ ਦਾ, ਔਰ ਇਹ ਸਾਡੇ ਲਈ ਸਮਾਜੀ ਤੌਰ 'ਤੇ ਔਰ ਭਰਾਤਰੀ ਤੌਰ 'ਤੇ ਇੱਕ ਬਹੁਤ ਵੱਡਾ ਨੁਕਸਾਨ ਦੇ ਵਰਤਾਰਾ ਹੈ, ਔਰ ਇਹਦੇ ਵਿੱਚ ਅਹਿਮ ਔਰ ਥੋੜਾ ਜਿਹਾ ਗਰੂਰ ਜਿਹੜਾ ਹੈ ਔਰ ਬਾਕੀ ਚੀਜ਼ਾਂ ਰਲਿਆ ਕੰਮ ਕਰਦੇ, ਤੀਸਰਾ ਬੰਦਾ ਜਦ ਦੋ ਬੰਦਿਆਂ ਦੇ ਵਿੱਚ ਮੇਰਾ ਇਹ ਵਿਚਾਰ ਹੈ ਕਿ ਦੋ ਬੰਦਿਆਂ ਜਿਨ੍ਹਾਂ ਦੇ ਵਿੱਚ ਕੋਈ ਮਾੜੀ ਮੋਟੀ ਮੋਟਾ ਇਤਫਾਕ ਝਗੜਾ ਹੈ, ਉਹ ਅਗਰ ਆਪ ਬੈਠ ਕੇ ਗੱਲ ਕਰਨ ਤਾਂ ਉਹ ਜ਼ਿਆਦਾ ਬੈਟਰ ਹੁੰਦੀ ਹੈ ਔਰ ਬਹੁਤ ਜਲਦੀ ਨਿਬੇੜਾ ਹੋ ਜਾਂਦਾ। ਤੀਜਾ ਬੰਦਾ ਤਾਂ ਇੱਕ ਪਾਸੇ ਉਧਰੋਂ ਚੱਕਣ ਵਾਲੇ ਹੁੰਦੇ ਕਿ ਉਧਰੋਂ ਚੱਕਣ ਵਾਲੇ ਤਮਾਸ਼ਾ ਦੇਖਦੇ ਲੋਕ, ਬਿਲਕੁਲ ਸਹੀ ਕਹਿ ਰਹੇ ਹੋ। ਇਹਦੇ ਵਿੱਚ ਕਾਫੀ ਮੈਂ ਐਕਸਪੀਰੀਅੰਸ ਹੈ ਮੇਰਾ, ਮੈਂ ਕਿਉਂਕਿ ਇੰਡੀਆ 'ਚ ਲੁਧਿਆਣੇ ਕਾਫੀ ਅੱਛਾ ਇਹ ਵਰਕਰ ਹੋ, ਮੈਨੂੰ ਇੱਕ ਯਾਦ ਹੈ ਕੇਸ ਮੈਂ ਥੋੜਾ ਜਿਹਾ ਸੁਣਾਵਾਂ ਜੀ। ਇੱਕ ਲੜਕੀ ਦਾ ਝਗੜਾ ਸੀਗਾ ਜੀ ਕੋਈ, ਉਹ ਪਿੰਡ ਦੀ ਪੰਚਾਇਤ ਦੇ ਇੱਕ MLA ਹੋਰ ਮਾਰੋ ਦਿਨ ਸੌ ਕੁ ਬੰਦਾ ਇਕੱਠਾ ਹੋ ਕੇ ਆ ਗਿਆ ਜੀ, ਲੜਕੀ ਨੂੰ ਵਸਣ ਨਹੀਂ ਦਿੰਦੇ, ਤੰਗ ਕਰਦੇ ਆ, ਯੇ ਹੈ ਵੋ ਹੈ ਜੀ, ਜੋ ਰੌਲਾ ਪੈਂਦਾ ਰਿਹਾ। ਸ਼ਾਮ ਦੇ 4 ਵਜ ਗਏ ਤੇ ਮੈਂ ਉਹ MLA ਨੂੰ ਗਿਆ, ਫਿਰ ਮੈਂ ਕਿਹਾ ਸਾਹ ਜੀ ਤੁਸੀਂ ਕੀ ਲੜਕੀ ਤੋਂ ਗੱਲ ਪੁੱਛੀ ਆ ਵੀ ਕੀ ਉਹ ਇੱਥੇ ਰਹਿਣਾ ਚਾਹੁੰਦੀ ਹੈ ਜਾਂ ਜਾਣਾ ਚਾਹੁੰਦੀ ਹੈ ਜੀ? ਕਹਿੰਦੇ ਜੀ ਉਹ ਲੜਕੀ ਨਾਲ ਤਾਂ ਹਾਲੇ ਤੱਕ ਗੱਲ ਨਹੀਂ ਹੋਈ। ਮੈਂ ਬੁਲਾਓ ਫਿਰ ਇੱਥੇ ਬੁਲਾ ਕੇ ਉਹਦੇ ਨਾਲ ਗੱਲ ਕਰੋ, ਤੁਹਾਨੂੰ ਸਾਰਾ ਪਤਾ ਚੱਲ ਜਾਏ। ਗੱਲ ਤਾਂ ਵਿੱਚੋਂ ਤੁਸੀਂ ਜਿਹੜੀ ਗੱਲ ਮੇਨ ਹੈ ਉਹਦੇ ਤਾਈਂ ਤਾਂ ਪਹੁੰਚੇ ਨੀ, ਹਾਲੇ ਰੌਲਾ ਵਾਧੂ ਐਵੇਂ ਪਾਈ ਜਾਣ। ਉਹ ਲੜਕੀ ਨੂੰ ਬੁਲਾਇਆ ਜੀ ਸੈਪਰੇਟ ਕਮਰੇ 'ਚ, ਉੱਥੇ ਦੋ ਤਿੰਨ ਬੰਦੇ ਹੋਰ ਬੈਠੇ, ਤਾਂ ਉਹ ਲੜਕੀ ਕਹਿੰਦੀ ਨੂੰ ਪੁੱਛਿਆ ਗਿਆ, ਉਹਨੇ ਪੁੱਛਿਆ MLA ਨੇ ਵੀ ਤੁਸੀਂ ਇੱਥੇ ਰਹਿਣਾ ਚਾਹੁੰਦੀ ਆ ਕਿ ਤੈਨੂੰ ਇਹ ਤੰਗ ਕਰਦੇ ਆ? ਕਹਿੰਦੀ ਮੈਂ ਤਾਂ ਇੱਥੇ ਬਿਲਕੁਲ ਰਹਿਣਾ ਚਾਹੁੰਦੀ ਹਾਂ, ਮੈਨੂੰ ਕੋਈ ਤੰਗ ਨਹੀਂ ਕਰਦਾ। ਸਮੇ ਦੇ ਨਾਲ ਜੇ ਕੁਛ ਬੰਦਾ ਐਸਾ ਵਿਚ ਪਵੇ ਜਿਹੜਾ ਕਿ ਉਸ ਗੱਲ ਨੂੰ ਵਧਾਉਣਾ ਨਾ ਚਾਹੁੰਦਾ ਹੋਵੇ, ਉਹ ਜ਼ਿਆਦਾ ਬੈਟਰ ਹੁੰਦਾ ਉਹ ਬੰਦਾ। ਬਾਕੀ ਤਾਂ ਇਹ ਆ ਵੀ ਦੋਨਾਂ ਦੇ ਵਿਚ ਆਪਸੀ ਗੱਲਬਾਤ ਦੇ ਨਾਲ ਹੀ ਝਗੜੇ ਜ਼ਿਆਦਾ ਅੱਛੀ ਤਰ੍ਹਾਂ ਨਿਬੜ ਸਕਦੇ ਆ। ਔਰ ਇਹ ਬਹੁਤ ਅੱਛੀ ਕਹਾਣੀ ਉਹਨੇ ਰਾਈਟਰ ਨੇ ਲਿਖੀ ਆ ਔਰ ਕਾਫੀ ਇਮੋਸ਼ਨਲ ਟੱਚ ਦਿੱਤਾ ਉਹਨੇ ਜੀ, ਬਿਲਕੁਲ ਕਾਫੀ ਅੱਛੀ ਚੀਜ਼ ਆ ਜੀ। ਜੀ ਥੈਂਕ ਯੂ, ਬਹੁਤ ਸ਼ੁਕਰੀਆ ਅੰਕਲ, ਥੈਂਕ ਯੂ। ਸੋ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ 905-1350 ਦੇ ਉੱਤੇ ਤੁਹਾਡੀ ਕਾਲ ਆ ਸਕਦੀ ਆ। ਸੁਰਗਬੀਰ ਢੁੱਲੇ ਇਹਨਾਂ ਦੀ ਆਈਡੀ ਆ ਰਹੀ ਹੈ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ। ਆਪਣਾ ਰੇਡੀਓ ਪਲੀਜ਼ 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 ਰੇਡੀਓ ਤੁਸੀਂ। ਮੈਂ ਤਾਂ ਕਹਿੰਦੀ ਇਹ ਕਹਾਣੀ ਤੁਸੀਂ ਨਾ ਹੀ ਬਦਲ ਦਿੱਤੇ ਉਦਾਂ ਲਿਖੀ ਸਾਡੇ। ਹਾਂਜੀ ਏਦਾਂ ਵੀ ਇਹ ਘਰ ਘਰ ਦੀ ਕਹਾਣੀ ਹੈ, ਜਿੰਨੀਆਂ ਵੀ ਸਟੋਰੀਆਂ ਲੈ ਕੇ ਆਉਂਦੇ ਨੇ ਨਾ ਬਿਲਕੁਲ ਆਮ ਜਿਹੜੇ ਆਪਣੇ ਘਰਾਂ ਦੇ ਵਿੱਚੋਂ ਹੀ ਕੱਢ ਕੇ ਲੈ ਕੇ। ਅਸੀਂ ਤਾਂ ਇਹ 87 ਜੇ ਨਾ ਜੀ 1987 ਜੇ ਅਸੀਂ ਘਰ ਨੂੰ ਘਰ ਆ ਰਹੇ ਜੀ ਜੀ। ਉਹ ਬਹੁਤ ਬੁਰਾ ਸੀ ਜਾਣਾ ਨਹੀਂ, ਜਾਣੀ ਮੈਂ ਸੁਣ ਕੇ ਹੈਰਾਨ ਰਹਿ ਗਿਆ, ਮੈਂ ਕਿਹਾ ਇਹ ਤਾਂ ਸਾਡੇ ਘਰ ਦੀ ਕਹਾਣੀ। ਚਲੋ ਉਧਰ ਉਧਰ ਹੀ ਹੁੰਦਾ ਬਥੇਰਾ, ਪਿਆਰ ਨਾਲ ਦੇ ਦਿੱਤੀਆਂ ਤੁਹਾਨੂੰ ਫਿਰ ਪੰਜ ਕਰਮ? ਨਹੀਂ ਨਹੀਂ ਜੀ, ਪਿਆਰ ਨਾਲ ਨੀ, ਪਹਿਲਾਂ ਲੜੇ ਉਧਰੋਂ ਦੀ ਵੱਢ ਵਡਿਆਗਾ ਹੋਇਆ, ਜਵਾਨ ਤਾਂ ਹੋਈਆਂ, ਫਿਰ 2 ਮਹੀਨੇ ਮੈਂ ਅੰਦਰੋਂ ਨੀ ਨਿਕਲਣ ਦਿੱਤੇ। ਅੱਛਾ, ਫਿਰ ਹੋਇਆ, ਫਿਰ ਜਾਣੀ ਤਰੀਕਾਂ ਚੱਲ ਪਈਆਂ, ਫਿਰ ਤੁਹਾਨੂੰ ਕੀ ਦੱਸੀਏ ਵੀ ਮੇਰੀ ਫਿਰ ਜੱਜ ਨਾਲ ਗੱਲਬਾਤ ਹੋ ਗਈ। ਜਦ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਹੁਣ ਟੁੱਟੇ ਸਿਰੇ ਚਲੇ ਗਿਆ, ਫਿਰ ਸਾਰੇ ਜਾਣੀ ਸਾਡੇ ਰਿਸ਼ਤੇਦਾਰ ਇਕੱਠੇ ਕਰਕੇ, ਸਾਂਝੇ ਰਿਸ਼ਤੇਦਾਰ ਇਕੱਠੇ ਕਰਕੇ ਲਿਆ ਕੇ, ਫਿਰ ਕਹਿੰਦੇ ਵੀ ਜਿੰਨਾ ਟਾਈਮ ਲੈਣਾ ਲੈ ਲਵੇ ਮੈਨੂੰ। ਮੈਂ ਕਹਿੰਦਾ ਸੀ ਸਾਨੂੰ ਨਾ ਲੰਘਣ ਜੋਗਾ ਦੇ ਦੀ ਕਾਮਲਾਡ, ਤੇ ਮੁੜ ਕੇ ਵੀ ਹੁਣ ਮੇਰਾ ਟਰੱਕ ਵੀ ਟਰਾਲੀ ਵੀ ਕਹੀ ਟੁੱਟ ਜਾਏਗਾ। ਵਾਹ ਜੀ ਵਾਹ, ਕੀ ਬਾਤ ਹੈ, ਬਿਲਕੁਲ ਸਾਰਿਆਂ ਦੇ ਅੰਕਲ ਇਹ ਘਰ ਦੀ ਕਹਾਣੀ ਹੈ, ਬਹੁਤ ਸ਼ੁਕਰੀਆ ਜੀ, ਥੈਂਕ ਯੂ। ਹੋ ਗਿਆ ਤੁਸੀਂ ਇਹਦਾ ਕਹਾਣੀ ਦੋੜ ਜੇ ਸਾਡੇ ਤੇ ਮੈਂ ਘਟੋ। ਬਿਲਕੁਲ ਜੀ ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ।
ਹੋਰ ਕਾਲ ਲੈ ਲਈਏ ਜੀ ਜਤਿੰਦਰ ਆਂਟੀ ਨੇ ਸਤਿ ਸ਼੍ਰੀ ਅਕਾਲ ਆਂਟੀ ਹਾਂਜੀ ਸਤਿ ਸ਼੍ਰੀ ਅਕਾਲ ਬੇਟਾ ਜੀ ਸੰਦੀਪ ਬੇਟੀ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਇਹ ਦੇਖੋ ਦੇਸ਼ ਵਿੱਚ ਸਮਾਜ ਵਿੱਚ ਦੇਸ਼ ਵੰਡ ਵੀ ਹੁੰਦੀ ਹੈ ਸਮਾਜ ਵੰਡ ਹੁੰਦੀ ਹੈ ਪਰਿਵਾਰਾਂ ਚ ਬਟਵਾਰੇ ਹੁੰਦੇ ਆ ਨਾ ਇਹ ਸਭ ਇੱਕ ਤਾਂ ਜੈਲਸੀ ਕਰਕੇ ਆ ਵੀ ਜਿਹੜੇ ਇਹ ਆਪਾਂ ਦੇਖਿਆ ਵੀ ਜਿਹੜੇ ਵੀ ਇਹ ਕੰਮ ਕਰਾਉਂਦੇ ਆ ਨਾ ਉਹਨਾਂ ਦੇ ਆਪਣੇ ਘਰ ਬਹੁਤ ਵਧੀਆ ਨੇ ਉਹ ਆਪਣੇ ਘਰਾਂ ਵਿੱਚ ਕਦੇ ਵੀ ਲੜਾਈ ਨਹੀਂ ਪੈਣ ਦਿੰਦੇ ਤੇ ਦੂਜਿਆਂ ਦੇ ਘਰਾਂ ਵਿੱਚ ਲੜਾਈ ਪਵਾਉਂਦੇ ਆ ਕਿਉਂਕਿ ਉਹ ਇਹ ਵੀ ਚਾਹੁੰਦੇ ਆ ਵੀ ਇਹਨਾਂ ਦਾ ਘਰ ਵਧੀਆ ਨਾ ਬਣ ਜਾਵੇ ਚੀਜ਼ ਚੰਗੀ ਨਾ ਬਣ ਜਾਵੇ ਦੂਜਾ ਇਹ ਰਲ ਕੇ ਨਾ ਬੈਠ ਸਕਣ ਸਿਰ ਸਾਡੇ ਮਗਰ ਮਗਰ ਤੁਰੇ ਫਿਰਨ ਉਹ ਕਹਿੰਦੇ ਆਪਣਾ ਆਪਣਾ ਪਰਾਇਆ ਪਰਾਇਆ ਫਿਰ ਵੀ ਦੇਖ ਲਓ ਉਹ ਆਪਸ ਵਿੱਚ ਇਕੱਠੇ ਹੋ ਜਾਂਦੇ ਆ ਬਲੱਡ ਇਜ਼ ਥਿਕਰ ਦੈਨ ਵਾਟਰ ਜੀ ਅੱਛਾ ਆਂਟੀ ਮੈਂ ਨਾ ਇੱਕ ਸਵਾਲ ਹੈ ਤੁਸੀਂ ਬਹੁਤ ਸਿਆਣੇ ਹੋ ਹਮੇਸ਼ਾ ਬਹੁਤ ਵਧੀਆ ਗੱਲਾਂ ਤੁਸੀਂ ਕਰਦੇ ਹੋ ਜਿਹੜੀ ਇਹ ਵੰਡ ਹੈ ਜਾਂ ਫਿਰ ਕਹਿ ਲਓ ਕਿ ਅੱਡ ਅੱਡ ਹੋ ਜਾਂਦੇ ਨੇ ਗੇ ਪਰਿਵਾਰ ਮਤਲਬ ਉਹ ਠੀਕ ਹੈ ਕਿ ਗਲਤ ਹੈ ਹੋ ਜਾਣਾ ਓਕੇ ਹੈ ਫਿਰ ਵੀ ਦਿਲਾਂ ਦੇ ਵਿੱਚ ਪਿਆਰ ਬਣੇ ਰਹਿਣ ਜਾਂ ਫਿਰ ਓਦਾਂ ਭਾਵੇਂ ਤੁਸੀਂ ਇਕੱਠੇ ਰਹੀ ਜਾਓ ਪਰ ਸਵੇਰੇ ਸ਼ਾਮ ਤੁਹਾਡੀ ਕੁੜ 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 ਹੁੰਦੀ ਰਹਿੰਦੀ ਆ ਕਿ ਉਹ ਜ਼ਿਆਦਾ ਤੁਹਾਨੂੰ ਠੀਕ ਲੱਗਦਾ ਨਹੀਂ ਬੇਟਾ ਜੀ ਦੇਖੋ ਸਾਂਝੇ ਪਰਿਵਾਰ ਦੇ ਵਿੱਚ ਹਮੇਸ਼ਾ ਥੋੜੀ ਬਹੁਤੀ ਜਿਹੜੀ ਨਾ ਚੌਂਕੇ ਚ ਭਾਂਡਾ ਠਹਿਕ ਭਾਂਡੇ ਨਾਲ ਭਾਂਡਾ ਠਹਿਕ ਜਾਂਦਾ ਪਰ ਮੈਂ ਤਾਂ ਇਹ ਚਾਹੁੰਦੀ ਵੀ ਜੇ ਅਸੀਂ ਅਲੱਗ ਵੀ ਰਹਿ ਜਾਂਦੇ ਹਾਂ ਨਾ ਉਹਦੇ ਚ ਕੋਈ ਬਹੁਤ ਮਾੜੀ ਗੱਲ ਨਹੀਂ ਪਰ ਦਿਲਾਂ ਦੇ ਵਿੱਚ ਇਤਫਾਕ ਪਿਆਰ ਹੋਣਾ ਚਾਹੀਦਾ ਤੇ ਕਿਉਂਕਿ ਸਗੋਂ ਜ਼ਿੰਮੇਵਾਰ ਬਣ ਜਾਂਦੇ ਅਸੀਂ ਕਿੱਥੇ ਇੱਕ ਘਰ ਦੇ ਵਿੱਚ ਆਪਾਂ ਇੱਕੋ ਘਰ ਬਣਿਆ ਰਹਿੰਦਾ ਉੱਥੇ ਪ੍ਰੋਗਰੈਸ ਕੋਈ ਨਹੀਂ ਹੈਗੀ ਤੇ ਕਿੱਥੇ ਆਪਾਂ ਜਦੋਂ ਅਲੱਗ ਅਲੱਗ ਹੋ ਜਾਂਦੇ ਹਾਂ ਨਾ ਪਰ ਪਿਆਰ ਪੂਰਾ ਬਣਿਆ ਰਹਿੰਦਾ ਤੇ ਆਪਾਂ ਨੂੰ ਜ਼ਿੰਮੇਵਾਰੀਆਂ ਵਧੀਆ ਬਣ ਜਾਂਦੇ ਸਗੋਂ ਦੋ ਚਾਰ ਗੁਣਾ ਵੱਧ ਪਿਆਰ ਹੋ ਜਾਂਦਾ ਪਰ ਸਿਰਫ ਆਪਾਂ ਨੂੰ ਇੰਨੀਆਂ ਦੂਰੀਆਂ ਨਹੀਂ ਹੋ ਜਾਣੀਆਂ ਚਾਹੀਦੀਆਂ ਵੀ ਆਪਾਂ ਸਤਿ ਸ੍ਰੀ ਅਕਾਲ ਬੁਲਾਉਣ ਵੀ ਜਾਈਏ ਬਿਲਕੁਲ ਜੀ ਬਿਲਕੁਲ ਅਲੱਗ ਹੋ ਕੇ ਪੂਰਾ ਪਿਆਰ ਰੱਖੋ ਉਸੇ ਤਰ੍ਹਾਂ ਦੁੱਖ ਸੁੱਖ ਵਿੱਚ ਭੈਣ ਭਰਾ ਇਕੱਠੇ ਫਿਰ ਵੀ ਹੋ ਜਾਂਦੇ ਆ ਪਰ ਦੇਖੋ ਇੱਥੋਂ ਮੱਤ ਲੈ ਲੈਣੀ ਚਾਹੀਦੀ ਆ ਵੀ ਜਿਹੜੇ ਲੜਾਈ ਪਵਾ ਕੇ ਉਹਦਾ ਕੁਛ ਨਹੀਂ ਫਾਇਦਾ ਹੋਇਆ ਤੇ ਅਸੀਂ ਆਪਸ ਵਿੱਚ ਲੜ ਕੇ ਬੈਠ ਗਏ ਇੰਨਾ ਨੁਕਸਾਨ ਕਰਵਾ ਕੇ ਫਿਰ ਇਕੱਠੇ ਹੋਣ ਦਾ ਵੀ ਕੀ ਫਾਇਦਾ ਤੇ ਫਿਰ ਇਸ ਕਰਕੇ ਪਹਿਲਾਂ ਹੀ ਆਪਾਂ ਨੂੰ ਕਿਸੇ ਦੇ ਮਗਰ ਲੱਗ ਕੇ ਕਿਸੇ ਨੂੰ ਆਪਣੇ ਘਰ ਵਿੱਚ ਬਿਲਕੁਲ ਦਖਲ ਨਹੀਂ ਦੇਣ ਦੇਣਾ ਚਾਹੀਦਾ ਆਪਸ ਵਿੱਚ ਪਿਆਰ ਨਾਲ ਗੱਲ ਬੈਠ ਕੇ ਵੱਡਾ ਬੰਦਾ ਬਜ਼ੁਰਗ ਘਰ ਵਿੱਚ ਲੈ ਲਓ ਜਾਂ ਜਿਹੜਾ ਵੀ ਭਾਵੇਂ ਛੋਟੀ ਮੱਤ ਵਾਲਾ ਵੀ ਹੈ ਨਾ ਉਹਨੂੰ ਵੀ ਲੈ ਕੇ ਬੈਠ ਕੇ ਕਹੋ ਵੀ ਆਪਾਂ ਇਹ ਕਿਵੇਂ ਸੋਲਵ ਕਰਨੇ ਆ ਬਹੁਤਾ ਚਿਰ ਉਸੇ ਨਹੀਂ ਰਹਿਣਾ ਚਾਹੀਦਾ ਬਿਲਕੁਲ ਜੀ ਪਰਿਵਾਰਾਂ ਦੇ ਵਿੱਚ ਜਿਹੜੀ ਗੱਲਬਾਤ ਹੈ ਤੇ ਬਹਿ ਕੇ ਜਿਹੜੀ ਜ਼ਰੂਰ ਹੋਣੀ ਚਾਹੀਦੀ ਹੈ ਹਾਂਜੀ ਤੇ ਇੱਕ ਵਾਰੀ ਜ਼ਰੂਰ ਜੇ ਤੁਸੀਂ ਅਲੱਗ ਅਲੱਗ ਵੀ ਰਹਿੰਦੇ ਹੋ ਨਾ ਤੇ ਇਕੱਠੇ ਬੈਠ ਕੇ ਆਪਾਂ ਨੂੰ ਕਿਸੇ ਵੇਲੇ ਸ਼ਾਮ ਨੂੰ ਜਾਂ ਸਵੇਰੇ ਜਾਂ ਹਫਤੇ ਬਾਅਦ ਜਦੋਂ ਵੀ ਤੁਹਾਡਾ ਟਾਈਮ ਰਲ ਕੇ ਬੈਠ ਕੇ ਆਪਾਂ ਨੂੰ ਖਾਣਾ ਪੀਣਾ ਇਕੱਠਾ ਕਰੋ ਆਪਣਾ ਪ੍ਰਸ਼ਾਦਾ ਪਾਣੀ ਛਕੋ ਤੇ ਸੋਹਣੀਆਂ ਸੋਹਣੀਆਂ ਗੱਲਾਂ ਕਰੋ ਤੇ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਸਾਡੇ ਵੱਡੇ ਜਿਹੜੇ ਨੇ ਉਹ ਕਿੰਨੇ ਨਾਈਸ ਨੇ ਕਿੰਨੇ ਉਹ ਸਾਡੀ ਮਾਪੀ ਲੈਣਗੇ ਜੀ ਬਹੁਤ ਸ਼ੁਕਰੀਆ ਆਂਟੀ ਥੈਂਕ ਯੂ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਸੋ ਅੱਗੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਮਹਿੰਗਾ ਸਿੰਘ ਸਰਾਫ ਮੁੱਲਾਪੁਰ ਵਾਲਿਆਂ ਦਾ ਨੰਬਰ ਦੇ ਦੇਵਾਂ ਸੋ ਤੁਸੀਂ ਸੋਨੇ ਦਾ ਬਿਸਕੁਟ ਲੈਣ ਦੀ ਸੋਚ ਰਹੇ ਸੀ ਤਾਂ ਅੱਜ ਇਹ ਪ੍ਰਾਈਸ ਸਟਿਲ ਅਵੇਲੇਬਲ ਹੈ ਸੋ ਅੱਜ ਦਾ ਦਿਨ ਇਹ ਪ੍ਰਾਈਸ ਤੁਹਾਨੂੰ ਮਿਲ ਜਾਣੀ ਹੈ ਸੋ $2170 ਕੈਨੇਡੀਅਨ ਦੇ ਵਿੱਚ ਤੁਹਾਨੂੰ ਸੋਨੇ ਦਾ ਬਿਸਕੁਟ ਯਾਨੀ ਕਿ ਗੋਲਡ ਬਾਰ ਮਿਲ ਜਾਣੀ ਹੈ ਜੇ ਤੁਹਾਡੇ ਕੋਲ US ਡਾਲਰ ਹੈ ਤਾਂ ਫਿਰ $1710 'ਚ ਮਿਲ ਜਾਣਾ ਜੇ ਤੁਸੀਂ 30 ਗ੍ਰਾਮ ਦਾ ਸੋਨੇ ਦਾ ਕੜਾ 24 ਕੈਰਟ ਦਾ ਲੈਣਾ ਚਾਹੁੰਦੇ ਹੋ ਤਾਂ ਫਿਰ ਸਿਰਫ ਤੇ ਸਿਰਫ $2100 ਦੇ ਵਿੱਚ ਤੁਹਾਨੂੰ ਮਿਲ ਜਾਣਾ ਤੇ ਨਾਲ ਦੀ ਨਾਲ ਤੁਸੀਂ ਸੁਖਦੇਵ ਤੇ ਰਾਜਵੀਰ ਦਾ ਸ਼ੋਅ ਦੱਸ ਦਿਓ ਕਿ ਸੁਣ ਕੇ ਆਏ ਸੀ ਤੇ ਫਿਰ ਤੁਹਾਨੂੰ ਉਹਨਾਂ ਨੇ ਡਾਇਮੰਡ ਦੀ ਜੁਲਰੀ ਤੇ ਸੁਣਿਓ ਨਾ ਸਿਰਫ ਡਾਇਮੰਡ ਦੀ ਜੁਲਰੀ ਓਕੇ ਸੋ ਡਾਇਮੰਡ ਦੀ ਜੁਲਰੀ ਤੇ 12% ਦਾ ਡਿਸਕਾਊਂਟ ਤੁਹਾਨੂੰ ਦੇ ਦੇਣਾ ਸੋ ਜ਼ਿਆਦਾ ਜਾਣਕਾਰੀ ਵਾਸਤੇ ਮਹਿੰਗਾ ਸਿੰਘ ਸਰਾਫ ਮੁੱਲਾਪੁਰ ਵਾਲਿਆਂ ਨੂੰ ਤੁਸੀਂ ਕਾਲ ਕਰ ਲਿਓ 905-671-9934 905-671-9934 ਰਾਜ ਗਿੱਲ ਭੈਣ ਜੀ ਜਿਹੜੇ ਕਿ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ ਔਰ ਤੁਸੀਂ ਕਿਸੇ ਵੀ ਪ੍ਰਕਾਰ ਦੀ ਇੰਸ਼ੋਰੈਂਸ ਦੀ ਪਾਲਿਸੀ ਲੈਣੀ ਹੈਗੀ ਆ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸਬਿਲਟੀ ਔਰ ਜਿਹੜੇ ਵੀ ਟਰੱਕ ਚਲਾਉਂਦੇ ਨੇ USA ਨੂੰ ਚੱਲਦੇ ਨੇ ਜੀ ਉਹਨਾਂ ਵਾਸਤੇ ਇੱਕ ਮਲਟੀ ਟ੍ਰਿਪ ਮੈਡੀਕਲ ਇੰਸ਼ੋਰੈਂਸ ਆ ਕਹਿੰਦੇ ਬਹੁਤ ਹੀ ਸਸਤੇ ਰੇਟਾਂ 'ਚ ਤੁਹਾਨੂੰ ਲੈ ਕੇ ਦੇਣਗੇ ਜਾਂ ਜਿਹੜੇ ਬੱਚੇ ਸਟੂਡੈਂਟ ਆਏ ਨੇ ਜੀ ਇੰਟਰਨੈਸ਼ਨਲ ਸਟੂਡੈਂਟ ਉਹਨਾਂ ਵਾਸਤੇ ਬਹੁਤ ਹੀ ਵਧੀਆ ਲਾਈਫ ਇੰਸ਼ੋਰੈਂਸ ਆ ਕਹਿੰਦੇ $20 ਦੀ ਹੋ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ ਹੈਗਾ ਆ ਤਾਂ ਵੀ ਲਾਈਫ ਇੰਸ਼ੋਰੈਂਸ ਲੈ ਸਕਦੇ ਹੋ ਤੁਸੀਂ ਘਰ ਦੇ ਵਿੱਚ ਇਸ ਵਕਤ ਬੈਠੇ ਹੋਏ ਹੋ ਜੀ ਤੇ ਤੁਸੀਂ ਚਾਹੁੰਦੇ ਹੋ ਕਿ ਕਿਸੇ ਤਰ੍ਹਾਂ ਦੇ ਕਿਸੇ ਪ੍ਰੋਫੈਸ਼ਨ 'ਚ ਲੱਗਿਆ ਜਾਵੇ ਤੇ ਕਹਿੰਦੇ ਕਿ ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਵੀ ਤੁਹਾਨੂੰ ਦਵਾ ਸਕਦੇ ਨੇ ਤੁਹਾਨੂੰ ਸਾਰੇ ਪੜ੍ਹਾ ਦੇਣਗੇ ਤੇ ਰਾਜ ਗਿੱਲ ਹੁਣੀ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ ਸਰੋਤਿਓ 647-563-1414 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ 647-563-1414 ਦੇ ਉੱਤੇ ਪਾਓ IPTV ਤੁਸੀਂ ਜਿਹੜਾ ਜੀ IPTV ਇੱਕ ਵਧੀਆ ਲੈਣਾ ਚਾਹੁੰਦੇ ਹੋ ਜਿਸ 'ਚ ਤੁਹਾਨੂੰ ਸਾਰੇ ਹੀ ਚੈਨਲ ਤੁਸੀਂ ਦੇਖ ਸਕਦੇ ਹੋ ਫਿਲਮਾਂ ਨਵੀਂ ਨਵੀਂ ਆ ਜਾਂਦੀਆਂ ਨੇ ਉਸ ਦੇ ਨਾਲ ਨਾਲ ਤੁਸੀਂ ਸੈਲਫੋਨਾਂ ਦੇ ਵਿੱਚ ਐਪ ਪਾ ਕੇ ਘਰੋਂ ਬਾਹਰ ਕਦੇ ਜਿਹੜੇ ਵੀ ਟਰੱਕ ਚਲਾਉਂਦੇ ਨੇ ਖਾਸ ਤੌਰ 'ਤੇ ਉਹ
ਜਿਹੜੇ ਆ ਜੀ ਆਪਣੇ ਵਧੀਆ ਡਾਟਾ ਅਗਰ ਉਹਨਾਂ ਕੋਲ ਹੈਗਾ ਆ, ਕਈ ਵਾਰੀ ਅਨਲਿਮਿਟਿਡ ਡਾਟਾ ਵੀ ਉਹਨਾਂ ਕੋਲ ਹੁੰਦਾ ਆ US ਪਲਾਨ ਦੇ ਉੱਤੇ, ਸੋ IPTV ਬਾਕਸ ਤੁਸੀਂ ਸੈੱਲ ਫੋਨਾਂ ਦੇ ਉੱਤੇ ਵੀ ਦੇਖਣਾ ਆ, ਤੇ ਤੁਸੀਂ ਭਾਊ IPTV ਵਾਲਿਆਂ ਨੂੰ ਸੰਪਰਕ ਕਰ ਲੈਣਾ 416-859-8484 416-859-8484 ਸੰਪਰਕ ਕੀਤਾ ਜਾ ਸਕਦਾ ਜੀ। ਲਓ ਜੀ ਸਮਾਂ ਹੁਣ 8:30 ਹੋ ਗਏ ਨੇ, ਹੁਣ ਜਿਸ ਤਰ੍ਹਾਂ ਹੁੰਦਾ 7:30 ਤੋਂ ਲੈ ਕੇ 8:30 ਤੱਕ ਸਾਡੀ ਇੱਕ ਕਹਾਣੀ ਤੇ ਚਰਚਾ, ਔਰ ਕਹਾਣੀ ਜਿਹੜੀ ਆ ਜੀ ਬੜੀ ਖੂਬਸੂਰਤ ਸੀਗੀ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਬਾਹਰ ਨਿਕਲ ਕੇ ਆਉਂਦੀਆਂ ਨੇ, ਸਾਡੇ ਸੂਝਵਾਨ ਸਰੋਤੇ ਹੁੰਦੇ ਨੇ ਉਹਨਾਂ ਦੇ ਵਿਚਾਰ ਜਿਹੜੇ ਨੇ ਬਾਹਰ ਨਿਕਲ ਕੇ ਆਉਂਦੇ ਨੇ ਜੀ। ਸੋ ਇਹੋ ਜਿਹੀਆਂ ਗੱਲਾਂ ਬਾਤਾਂ ਇਹ ਲੱਗਦਾ ਕਿ ਜਿਸ ਤਰ੍ਹਾਂ ਇੱਕ ਕਾਲਰ ਨੇ ਵੀ ਕਿਹਾ ਸੀ, ਇਹ ਲੱਗਦਾ ਸੀਗਾ ਕਿ ਸਿਰਫ ਜਿਹੜੇ ਕਹਾਣੀ ਦੇ ਕਿਰਦਾਰ ਨੇ ਉਹਨਾਂ ਦੇ ਨਾਂ ਹੀ ਬਦਲੇ ਨੇ, ਲੇਕਿਨ ਲੱਗਦਾ ਕਿ ਉਹਨਾਂ ਦੀ ਆਪਣੀ ਕਹਾਣੀ ਆ। ਸੋ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਨੇ ਜੀ ਵਾਕਈ ਸਾਡੇ ਘਰ ਘਰ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਹੁੰਦੀਆਂ ਨੇ। ਗੱਲਾਂ ਬਾਤਾਂ ਤਾਂ ਨਿੱਕੇ ਨਿੱਕੇ ਹੀ ਹੁੰਦੀਆਂ ਨੇ, ਕਈ ਵਾਰੀ ਜਿੱਦ ਹੁੰਦੀ ਆ, ਕਈ ਵਾਰੀ ਜਿੱਦ ਵੀ ਨਹੀਂ ਹੁੰਦੀ, ਕਈ ਵਾਰੀ ਬੇਗਾਨਾ ਆਣ ਕੇ ਤੀਸਰਾ ਬੰਦਾ ਆਣ ਕੇ ਫੂਕ ਛਕਾ ਦਿੰਦਾ ਜਿਹਨੂੰ ਹਵਾ ਛਕਾਉਣੀ ਵੀ ਕਹਿੰਦੇ ਆ, ਤੇ ਉਹਦੇ ਨਾਲ ਜਿਹੜੇ ਨੇ ਘਰ ਜਿਹੜੇ ਨੇ ਉਹ ਕਈ ਖਰਾਬ ਹੁੰਦੇ ਨੇ, ਲੜਾਈ ਝਗੜਾ ਕੁਛ ਵੀ ਨਹੀਂ ਹੁੰਦਾ, ਕਈ ਵਾਰੀ ਗੱਲ ਕੁਛ ਵੀ ਨਹੀਂ ਹੁੰਦੀ, ਭੈਣ ਭਰਾਵਾਂ ਦੇ ਵਿੱਚ, ਭਰਾਵਾਂ ਦੇ ਵਿੱਚ ਜਾਂ ਕਿਸੇ ਸਾਡੇ ਆਪਣੇ ਖਾਸ ਰਿਸ਼ਤਿਆਂ ਦੇ ਵਿੱਚ ਕਈ ਵਾਰੀ ਦਰਾੜ ਪੈ ਜਾਂਦੀ ਹੈ, ਨਿੱਕੀ ਜਿਹੀ ਤਰੇੜ ਹੁੰਦੀ ਆ, ਉਸਨੂੰ ਕਰਦੇ ਕਰਦੇ ਵੱਡਾ ਟੋਇਆ ਬਣਾ ਦਿੱਤਾ ਜਾਂਦਾ ਆ, ਉਹ ਸਮੁੰਦਰਾਂ ਵਾਂਗੂ ਵੱਡੀਆਂ ਵੱਡੀਆਂ ਜਿਹੜੀਆਂ ਨੇ ਜੋ ਖਾਈਆਂ ਬਣਾ ਦਿੱਤੀਆਂ ਜਾਂਦੀਆਂ ਦੂਰ ਦੂਰ ਤੱਕ, ਤਾਂ ਕਿ ਕਈ ਵਾਰੀ ਉਹ ਪਾੜਾ ਇੰਨਾ ਵਧਾ ਦਿੱਤਾ ਜਾਂਦਾ ਰਿਸ਼ਤਿਆਂ ਦੇ ਵਿੱਚ ਕਿ ਬੰਦਾ ਕਈ ਵਾਰੀ ਮੂੰਹ ਦਿਖਾਉਣ ਜੋਗਾ ਵੀ ਨਹੀਂ ਰਹਿੰਦਾ। ਅੱਛਾ ਸੁਖਦੇਵ, ਕਈ ਵਾਰੀ ਤੁਹਾਨੂੰ ਲੱਗਦਾ ਨਹੀਂ ਕਿ ਅਸੀਂ ਐਵੇਂ ਹੀ ਵੱਡੇ ਹੋ ਗਏ, ਮਤਲਬ ਸਾਨੂੰ ਛੋਟੇ ਹੀ ਰਹਿਣਾ ਚਾਹੀਦਾ ਸੀਗਾ? ਜਦੋਂ ਇੱਦਾਂ ਦੀਆਂ ਲੜਾਈਆਂ ਹੁੰਦੀਆਂ ਨੇ ਘਰਾਂ ਦੇ ਵਿੱਚ, ਤਾਂ ਫਿਰ ਇਹ ਥੋਟ ਆਉਂਦੇ ਨੇ ਕਿ ਛੋਟੇ ਹੁੰਦੇ ਤਾਂ ਚੰਗਾ ਹੁੰਦਾ, ਛੋਟੇ ਹੁੰਦੇ ਵੀ ਤਾਂ ਆਪਾਂ ਲੜਦੇ ਹੀ ਆ ਆਪਣੇ ਭੈਣ ਭਰਾਵਾਂ ਨਾਲ, ਕੋਈ ਚਾਕਲੇਟ ਪਿੱਛੇ, ਕੋਈ ਰੋਟੀ ਪਿੱਛੇ, ਕੋਈ ਪਰੌਂਠੇ ਪਿੱਛੇ, ਹੈ ਨਾ, ਲੜ ਕੇ ਤੇ ਫਿਰ ਮਾਂ ਬਾਪ ਕੀ ਕਰ ਦਿੰਦੇ ਆ, ਫੜ ਕੇ ਪਰੇ ਅੱਡ ਅੱਡ ਕਰ ਦਿੰਦੇ ਨੇ, ਪਰ ਥੋੜਾ ਚਿਰ ਰਹਿੰਦਾ ਪਰ ਫਿਰ ਇਕੱਠੇ ਹੋ ਜਾਂਦੇ ਆ, ਹੈ ਨਾ। ਸੋ ਕਦੇ ਕਦੇ ਸਾਨੂੰ ਜਿਹੜਾ ਆ ਜੀ ਬਚਪਨ ਦੇ ਵਿੱਚ ਜਿਉਣਾ ਵੀ ਜਿਹੜਾ ਆ ਉਹ ਚੰਗਾ ਹੁੰਦਾ, ਕਈ ਵਾਰੀ ਸਾਨੂੰ ਪਿੱਛੇ ਮੁੜ ਕੇ ਦੇਖ ਲੈਣਾ ਚਾਹੀਦਾ ਕਿ ਅਸੀਂ ਪਹਿਲਾਂ ਵੀ ਲੜਦੇ ਸੀ, ਪਹਿਲਾਂ ਵੀ ਸਾਡੇ ਵਿੱਚ ਨਿੱਕੀਆਂ ਚੀਜ਼ਾਂ ਵਾਸਤੇ ਲੜਾਈਆਂ ਹੁੰਦੀਆਂ ਸੀਗੀਆਂ ਤੇ ਹੁਣ ਵੱਡੀਆਂ ਚੀਜ਼ਾਂ ਹੋ ਗਈਆਂ ਨੇ, ਪਰ ਐਂਡ ਆਫ ਦ ਡੇ ਪਿਆਰ ਜਿਹੜਾ ਆ ਉਹ ਜ਼ਰੂਰ ਬਣਾ ਕੇ ਰੱਖਣਾ ਚਾਹੀਦਾ ਤੇ ਬਾਉਂਸ ਬੈਕ ਜ਼ਰੂਰ ਕਰਕੇ ਦੇਖਿਆ ਕਰੋ, ਕਿਉਂਕਿ ਕਈ ਵਾਰੀ ਕੁਛ ਵੀ ਨਹੀਂ ਹੁੰਦੀ ਗੱਲ, ਕੁਛ ਸਾਲਾਂ ਬਾਅਦ ਸੁਖਦੇਵ ਜੇ ਕਿਸੇ ਨਾਲ ਲੜਾਈ ਵੀ ਹੋਈ ਹੋਵੇ ਨਾ, ਆਪਾਂ ਸੋਚਦੇ ਤਾਂ ਹੈਗੇ ਆ, ਜਦੋਂ ਆਪਾਂ 5 ਸਾਲ 4 ਸਾਲ ਬੋਲਦੇ ਨਾ, ਭਾਵੇਂ ਉਹ ਭਾਵੇਂ ਜਿੱਦਾਂ ਦੀ ਵੀ ਮਤਲਬ ਰਿਸ਼ਤੇਦਾਰੀ ਹੋਵੇ, ਹੁਣ ਤੁਹਾਡੇ ਚਾਚੇ ਤਾਏ ਨੇ ਜਾਂ ਭੂਆ ਮਾਸੀਆਂ ਮਾਸਰ ਜੋ ਵੀ ਹੈ ਜਿਹਦੇ ਨਾਲ ਕਿਸੇ ਨਾਲ ਮਾੜਾ ਮੋਟਾ ਵੀ ਫਰਕ ਹੁੰਦਾ ਨਾ, ਤਾਂ ਆਪਾਂ ਇੱਕ ਵਾਰੀ ਸੋਚਦੇ ਆ ਯਾਰ ਗੱਲ ਕੀ ਸੀ ਉਦੋਂ, ਗੱਲ ਤਾਂ ਕੁਛ ਵੀ ਨਹੀਂ ਸੀਗੀ, ਇਹ ਸਮ ਟਾਈਮਸ ਇਟਸ ਜਸਟ ਅ ਟਾਈਮ, ਉਹ ਮੋਮੈਂਟ ਹੀ ਹੁੰਦਾ, ਹੈ ਨਾ। ਅਖੀਰ ਦੇ ਵਿੱਚ ਮੈਂ ਇਹ ਕਹੂੰਗਾ ਕਿ ਇਹ ਜਿਹੜਾ ਜੀਵਨ ਆ ਸਾਡੀ ਜ਼ਿੰਦਗੀ ਨਾ ਬਹੁਤ ਛੋਟੀ ਆ ਰਾਜ, ਤੇ ਇਹੋ ਜਿਹੇ ਲੜਾਈ ਝਗੜਿਆਂ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ, ਆਪਣੀਆਂ ਸਟ੍ਰੈਸ ਨੂੰ, ਆਪਣੀ ਟੈਨਸ਼ਨ ਨੂੰ, ਆਪਣੀ ਉਲਝਣਾਂ ਨੂੰ ਘੱਟ ਕਰੀਏ, ਕਿਉਂਕਿ ਪਤਾ ਨਹੀਂ ਹੈ ਵੀ ਕਦੋਂ ਸਮਾਂ ਆ ਜਾਣਾ, ਜਿਸ ਤਰ੍ਹਾਂ ਦਰਬਾਰਾ ਸਿੰਘ ਵੀ ਅਖੀਰ ਦੇ ਵਿੱਚ ਜਦੋਂ ਉਹਨੂੰ ਲੱਗਿਆ ਹੁਣ ਮੈਂ ਬਿਮਾਰ ਆ, ਮੈਂ ਪਤਾ ਨਹੀਂ ਬਚਣਾ ਆ ਕਿ ਮੈਨੂੰ ਕੀ ਹੋ ਜਾਣਾ, ਫਿਰ ਬੰਦਾ ਰੀਅਲਾਈਜ਼ ਕਰਦਾ ਵੀ ਨਹੀਂ, ਆਹ ਜਿਹੜੀ ਮੈਂ ਇਹੋ ਜਿਹੀਆਂ ਗਲਤੀਆਂ ਕੀਤੀਆਂ ਇਹਦਾ ਮਤਲਬ ਕੁਛ ਨਹੀਂ ਹੈਗਾ। ਵੈਸੇ ਸਾਡੇ ਸਰੋਤੇ ਬਹੁਤ ਸਿਆਣੇ ਨੇ ਸੀਗੇ, ਬਹੁਤ ਜ਼ਿਆਦਾ ਸੂਝਵਾਨ ਸਾਡੇ ਸਰੋਤੇ ਨੇਗੇ, ਪਰ ਜੇ ਤੁਸੀਂ ਵੀ ਕਿਸੇ ਪਰਿਵਾਰਕ ਮੈਂਬਰ ਨਾਲ ਗੁੱਸੇ ਹੋਏ ਹੋਏ ਹੋ, ਰੁੱਸੇ ਹੋ, ਤੁਹਾਡਾ ਭੈਣ ਭਰਾ ਮਾਮੇ ਚਾਚੇ ਤਾਏ, ਇੱਕ ਵਾਰੀ ਪਹਿਲ ਕਰਕੇ ਦੇਖ ਲਓ, ਥੋੜਾ ਜਿਹਾ ਪਿਆਰ ਨਾਲ ਗੱਲ ਕਰਕੇ ਦੇਖ ਲਓ, ਅਗਲਾ ਵੀ ਜ਼ਰੂਰ ਜਿਹੜਾ ਆ ਹੱਥ ਅੱਗੇ ਵਧਾਊਗਾ, ਕਿਉਂਕਿ ਟਾਈਮ ਦੇ ਨਾਲ ਵੀ ਬਹੁਤ ਕੁਛ ਠੀਕ ਹੋ ਜਾਂਦਾ ਆ। ਸੋ ਗੁੱਸੇ ਗਿਲੇ ਜਿਹੜੇ ਖਤਮ ਕਰੋ ਤੇ ਪਰਿਵਾਰਾਂ ਦੇ ਵਿੱਚ ਪਿਆਰ ਤੇ ਇਤਫਾਕ ਲੈ ਕੇ ਆਈਏ। ਲਓ ਜੀ ਹੁਣ ਆਪਾਂ ਅਖੀਰ ਦੇ ਵਿੱਚ ਆਪਾਂ ਸੰਦੀਪ ਹੁਣਾਂ ਦੇ ਵਿਚਾਰ ਸੁਣਦੇ ਹਾਂ ਤੇ ਫਿਰ ਆਪਾਂ ਇਸ ਸੈਗਮੈਂਟ ਨੂੰ ਜਿਹੜਾ ਜੀ ਅਲਵਿਦਾ ਕਹਾਂਗੇ। ਜੀ ਸੰਦੀਪ ਜੀ। ਜੀ ਭਾਜੀ, ਬਹੁਤ ਸਾਰੇ ਸਰੋਤਿਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ, ਤੁਸੀਂ ਵੀ ਇੰਨੇ ਖੂਬਸੂਰਤ ਤਰੀਕੇ ਦੇ ਨਾਲ ਇਸਨੂੰ ਬਿਆਨ ਕੀਤਾ ਕਿ ਸਾਡਾ ਅੱਜ ਦਾ ਜਿਹੜਾ ਸਮਾਜ ਹੈ ਉਹਦੇ ਵਿੱਚ ਸਾਨੂੰ ਕਿੱਦਾਂ ਰਹਿਣਾ ਚਾਹੀਦਾ। ਸੋ ਇਹ ਜਿਹੜੀ ਕਹਾਣੀ ਸੀ ਸਾਂਝੀ ਕੰਦ, ਸੰਤੋਖ ਸਿੰਘ ਧੀਰ ਹੁਣੀ ਬਹੁਤ ਫੇਮਸ ਰਾਈਟਰ ਨੇ ਔਰ ਬਹੁਤ ਖੂਬਸੂਰਤ ਕਹਾਣੀਆਂ ਉਹਨਾਂ ਨੇ ਲਿਖੀਆਂ ਨੇ, ਤੇ ਖਾਸ ਤੌਰ ਦੇ ਉੱਤੇ ਕਹਾਣੀ ਦੇ ਵਿੱਚ ਤੁਸੀਂ ਪੇਂਡੂ ਸ਼ਬਦ ਜ਼ਰੂਰ ਸੁਣੇ ਹੋਣਗੇ, ਉਹ ਪਿੰਡਾਂ ਦੀ ਬੋਲੀ ਜਿਹੜੀ ਆ ਉਹ ਵੀ ਤੁਹਾਨੂੰ ਸੁਣਨ ਨੂੰ ਮਿਲੀ ਹੈ। ਸੋ ਇਹ ਕਹਾਣੀਆਂ ਅੱਜ ਵੀ ਦੇਖੋ ਅੱਜ ਦੇ ਸਮੇਂ 'ਚ ਬਹੁਤ ਪਹਿਲਾਂ ਦੀਆਂ ਲਿਖੀਆਂ ਹੋਈਆਂ ਨੇ, ਪਰ ਅੱਜ ਦੇ ਸਮੇਂ 'ਚ ਵੀ ਸਾਨੂੰ ਸਿੱਖਿਆ ਦੇ ਰਹੀਆਂ ਨੇ ਕਿ ਜੋ ਮਰਜ਼ੀ ਹੋ ਜਾਏ ਅੰਤ ਦੇ ਵਿੱਚ ਆਪਣੇ ਹੀ ਜਿਹੜੇ ਨੇ ਉਹ ਕੰਮ ਆਉਂਦੇ ਨੇ, ਤੇ ਕਿੰਨੀਆਂ ਚੀਜ਼ਾਂ, ਕਿੰਨੇ ਕਿੰਨੇ ਪੁਆਇੰਟਸ ਨੇ ਜਿਹੜੇ ਤੁਸੀਂ ਵੀ ਡਿਸਕਸ ਕੀਤੇ ਨੇ ਵੀ ਇੱਕ ਸ਼ਰੀਕੇਬਾਜ਼ੀ ਜਿਹੜੀ ਸਾਡੇ ਸਮਾਜ ਦੇ ਵਿੱਚ ਚੱਲਦੀ ਆ ਰਹੀ ਆ ਉਹ ਜਿਹੜੀ ਆ ਉਹ ਖਤਮ ਹੋਣੀ ਚਾਹੀਦੀ ਹੈ। ਸ਼ਰੀਕੇਬਾਜ਼ੀ ਦੇ ਵਿੱਚ ਅਸੀਂ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਨਹੀਂ ਬਲਕਿ ਪਿਆਰ ਮੁਹੱਬਤ ਜਿਹੜੀ ਆ ਉਹ ਸਾਂਝੀ ਕਰਨੀ ਹੈ। ਕਹਿੰਦੇ ਹੁੰਦੇ ਨੇ ਕਿ ਬਿਨ ਭਰਾਵਾਂ ਮਜਲਿਸਾਂ ਨਾ ਸੌਂਦੀਆਂ ਨੇ, ਸੋ ਭਰਾ ਹੀ ਭਰਾ ਦੇ ਇੱਕ ਦੂਜੇ ਦੇ ਬਿਲਕੁਲ ਪੂਰਕ ਹੁੰਦੇ ਨੇ, ਇੱਕ ਦੂਜੇ ਦੇ ਲਈ ਹੁੰਦੇ ਨੇ, ਸੋ ਅੰਤ ਦੇ ਵਿੱਚ ਸਾਡੇ ਆਪਣੇ ਭੈਣ ਭਰਾ ਹੀ ਕੰਮ ਆਉਂਦੇ ਨੇ। ਔਰ ਤੀਜੀ ਗੱਲ ਜਿਹੜੀ ਚੁੱਕਣਾ ਦੇ ਬਾਰੇ ਕਹੀ ਗਈ ਸੀਗੀ ਕਿ ਕਿਸੇ ਦੀ ਗੱਲ ਕਰਕੇ
ਦੋ ਜੀਆਂ ਦੇ ਵਿੱਚ ਦੋ ਜਣਿਆਂ ਦੇ ਵਿੱਚ ਜਿਹੜੀ ਆ ਉਹ ਫਿੱਕ ਪੈ ਜਾਂਦੀ ਆ, ਸੋ ਉਹ ਫਿੱਕ ਨਹੀਂ ਪੈਣੀ ਚਾਹੀਦੀ, ਉਹ ਹਟਾਸ਼ ਨਹੀਂ ਆਉਣੀ ਚਾਹੀਦੀ। ਸੋ ਅੰਕਲ ਜੀ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਕਿ ਜਦੋਂ ਦੋ ਜਣਿਆਂ 'ਚ ਲੜਾਈ ਹੋਵੇ ਤੇ ਦੋਨੋਂ ਆਪਸ 'ਚ ਬਹਿ ਕੇ ਗੱਲ ਕਰ ਲਓ ਨਾ, ਉਹ ਕਿਤੇ ਜ਼ਿਆਦਾ ਵਧੀਆ ਆ ਤੇ ਉਹ ਤੁਹਾਡੇ ਬਹੁਤ ਜਲਦੀ ਹੱਲ ਵੀ ਹੋ ਜਾਂਦਾ। ਸੋ ਦੂਰੀਆਂ ਜਿਹੜੀਆਂ ਨੇ ਉਹ ਦੂਰ ਕਰੀਏ, ਆਪਣਤ ਦੇ ਨਾਲ ਰਹਿਣਾ, ਪਿਆਰ ਦੇ ਨਾਲ ਰਹਿਣਾ, ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਅੱਜ ਦੀ ਕਹਾਣੀ ਜਿਹੜੀ ਆ ਸਿੱਖਿਆ ਦਿੰਦੀ ਆ। ਸੋ ਮੇਰਾ ਬਸ ਇੰਨਾ ਹੀ ਕਹਿਣਾ ਹੋਏਗਾ, ਬਾਕੀ ਸਾਰਿਆਂ ਨੇ ਬਹੁਤ ਖੂਬਸੂਰਤ ਵਿਚਾਰ ਦਿੱਤੇ ਔਰ ਬਹੁਤ ਸ਼ੁਕਰੀਆ ਕਹਾਣੀ ਨੂੰ ਪਸੰਦ ਕਰਨ ਦੇ ਲਈ। ਔਰ ਜੀ ਸੰਦੀਪ ਤੁਹਾਡਾ ਵੀ ਬਹੁਤ ਸ਼ੁਕਰੀਆ, ਔਰ ਬੜੀ ਖੂਬਸੂਰਤ ਕਹਾਣੀ ਔਰ ਜਿਹੜੀ ਪ੍ਰੈਜੈਂਟੇਸ਼ਨ ਹੁੰਦੀ ਆ, ਜੋ ਇਮੋਸ਼ਨਸ ਤੁਸੀਂ ਉਹਦੇ ਵਿੱਚ ਭਰਦੇ ਆ ਜੀ, ਕਿਉਂਕਿ ਅਖੀਰ ਦੇ ਵਿੱਚ ਤਾਂ ਸਾਨੂੰ ਵੀ ਇੱਥੇ ਵੀ ਰਾਜਵੀਰ ਜਿਹੜੇ ਜੀ ਅੱਖਾਂ ਭਰ ਆਈ ਸੀਗੀ, ਅੱਖਾਂ ਦੇ ਵਿੱਚ ਪਾਣੀ ਆ ਗਿਆ ਸੀਗਾ ਵੀ ਜਦੋਂ ਇੰਨੀ ਕੁ ਇਮੋਸ਼ਨਲ ਟੱਚ ਕਰਦੇ ਆ, ਤੇ ਤੁਸੀਂ ਵੀ ਜਿਹੜੇ ਆ ਜੀ ਇਸ ਗੱਲ ਵਾਸਤੇ ਵਧਾਈ ਦੇ ਹੱਕਦਾਰ ਹੋ ਕਿ ਤੁਹਾਡੀ ਜਿਹੜੀ ਪੇਸ਼ਕਾਰੀ ਹੁੰਦੀ ਆ ਉਹ ਬਾਕਮਾਲ ਹੁੰਦੀ ਆ। ਸੋ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ।